ਸਤਨਾਮ ਵਾਹਿਗੁਰੂ ਸਹਬ ਜੀ ਆਸਾ ਮਹਿਲਾ ਪੰਜਵਾਂ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਟੋਟੇ ਕਬੇਗ ਧਾਇਆ ਸਾਸਤ ਵਖਰ ਤੂੰ ਕਿਨੈ ਨਹੀਂ ਬਾਪੀ ਬਦਾਰੇ ਨਾਇ ਸਤਗੁਰ ਤੇਰੀ ਆਸਾ ਆ ਪਤਤ ਪਾਵਣ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਰਹਾਉ ਗੰਧਨ ਵੈਣ ਸੁਣੈ ਅਰ ਜਾਵੈ ਨਾਮ ਲੈ ਤੇਲ ਕਾਇਆ ਨਿੰਦ ਚੰਦ ਕੋ ਬਹੁਤ ਉਮਾਯੋ ਭੂਜੀ ਉਲਟਾਇਆ ਪਰ ਤਨ ਪਰ ਤਨ ਪਰਤੀ ਨਿੰਦਾ ਅਖਾਦ ਖਾਏ ਹਰ ਕਾਇਆ ਸਾਚ ਧਰਮ ਸਿਉ ਰੋਚ ਨਹੀਂ ਆਵੇ ਸਤ ਸੁਣਤ ਸੁਹਾਇਆ ਦੀਨ ਦਿਆਲ ਕਿਰਪਾਲ ਪ੍ਰਭ ਠਾਕੁਰ ਭਗਤ ਟੇਕ ਹਰੇ ਰਾਯਾ ਨਾਨਕ ਆਹ ਸ਼ਰਨ ਪ੍ਰਭ ਆਇਓ ਰਾਖ ਲਾਜ ਅਪਨਾਇਆ ਨਾਨਕ ਆਹ ਸ਼ਰਨ ਪ੍ਰਭ ਆਇਓ ਰਾਖਲਾਜ ਅਪਣਾਇਆ ਪਰਮ ਸਨਮਾਨਯੋਗ ਧੰਨ ਗੁਰਦੇਵ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਨਿਗਮਾਨ ਰਹੇ ਬਹੁਤ ਹੀ ਸਤਕਾਰਯੋਗ ਸਤਸੰਗੀ ਜਨੋ ਵੱਡਿਆਂ ਭਾਗਾਂ ਵਾਲੇ ਹਾਂ ਜਿਨ੍ਹਾਂ ਨੂੰ ਸਤਗੁਰ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਸਤਗੁਰੂ ਜੀ ਦੀ ਨਿੱਗੀ ਗੋਦ ਮੰਨਣ ਦਾ ਸੁਭਾਗ ਸਮਾ ਪ੍ਰਾਪਤ ਹੋਇਆ ਹੈ। ਆਪ ਜੀ ਨਾਲ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸ਼ਬਦ ਸਾਂਝਾ ਕੀਤਾ ਹੈ। ਆਓ ਰਲ ਮਿਲ ਕੇ ਜਾਣੀਏ। ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤਾ ਹੋਇਆ ਇਹ ਪਾਵਨ ਸ਼ਬਦ ਸਾਨੂੰ ਕੀ ਸਮਝਾਉਣਾ ਚਾਹੁੰਦਾ ਹੈ? ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਬਾਦਸ਼ਾਹ ਦਰਵੇਸ਼ ਦੋ ਜਹਾਨਾਂ ਦੇ ਵਾਲੀ ਸਹਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਸੰਗਤ ਪਿਆਰ ਦਾ ਸਬੂਤ ਦਿੰਦਿਆਂ ਹੋਇਆਂ ਗੱਜ ਕੇ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਵਾਰਿਓ ਸਾਡੀ ਜ਼ਿੰਦਗੀ 'ਚ ਕੋਈ ਵੀ ਸਮੱਸਿਆ ਆਉਂਦੀ ਹੈ ਪਰੀਸ਼ਾਨੀ ਆਉਂਦੀ ਹੈ ਇੱਕ ਸੱਚੇ ਸਿੱਖ ਦੀ ਜਿੰਦ ਦਾ ਆਸਰਾ ਕੌਣ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਸਾਡਾ ਦੁੱਖ ਸੁੱਖ ਸਾਡੇ ਗੁਰੂ ਦੇ ਸਨਮੁਖ ਅਸੀਂ ਆਪਣਾ ਆ ਕੇ ਰੱਖਦੇ ਹਾਂ ਅਸੀਂ ਆਪਣੇ ਦਿਲ ਦੀ ਗੱਲ ਆਪਣੀਆਂ ਪਰੇਸ਼ਾਨੀਆਂ ਆਪਣੀਆਂ ਸਮੱਸਿਆਵਾਂ ਕਿਹਦੇ ਨਾਲ ਸਾਂਝੀਆਂ ਕਰਦੇ ਆ ਆਪਣੇ ਗੁਰੂ ਦੇ ਨਾਲ ਕਰਦੇ ਆ ਕਿਉਂ ਕਰਦੇ ਆ ਜੀ ਕਿਉਂਕਿ ਜਿਹੜਾ ਇਹ ਬਾਪੂ ਹੈ ਨਾ ਜਿਹੜਾ ਗੱਦੀ ਤੇ ਬਰਾਜਮਾਨ ਹੈ ਇਹ ਤੁਹਾਡੀ ਗੱਲ ਦੇ ਉਲਟ ਅਰਥ ਕੱਢਣ ਵਾਲਾ ਨਹੀਂ ਹੈਗਾ ਔਰ ਇਹ ਬਾਪੂ ਤੁਹਾਡੀ ਭਾਵਨਾ ਨੂੰ ਵੀ ਸਮਝਦਾ ਹੈ ਥੋਡੀ ਅੰਦਰਲੀ ਸਮੱਸਿਆ ਨੂੰ ਵੀ ਜਾਣਦਾ ਆ। ਔਰ ਸਾਡੇ ਗੁਨਾਹਾਂ ਨੂੰ ਬਖਸ਼ ਵੀ ਲੈਂਦਾ ਹੈ ਤੇ ਸਾਡੇ ਮਨ ਤੋਂ ਮੈਲ ਵੀ ਲਾਹ ਦਿੰਦਾ ਹੈ ਤੇ ਜੇ ਅਸੀਂ ਗੁਨਾਹਾਂ ਕਰਦੇ ਆਂ ਸਾਨੂੰ ਮਾਫ਼ ਕਰਕੇ ਸਾਨੂੰ ਆਉਣ ਵਾਲੇ ਸਮੇਂ 'ਚ ਚੰਗੇ ਰਸਤੇ ਤੇ ਤੁਰਨ ਦੀ ਪ੍ਰੇਰਣਾ ਵੀ ਦਿੰਦਾ ਆ। ਅਸੀਂ ਇਸ ਲਈ ਇਹਦੇ ਕੋਲ ਆਉਨੇ ਆਂ। ਅਸੀਂ ਇਸ ਲਈ ਇਹਦੇ ਦਰਵਾਜ਼ੇ ਇਹ ਦੀ ਖਾਸੀਅਤ ਆ ਇਸ ਬਾਪੂ ਦੀ। ਸਭ ਤੋਂ ਵੱਡੀ ਖਾਸੀਅਤ ਇਹ ਹੈ ਵੀ ਇਹ ਗੱਲ ਲਾਉਂਦਾ ਹੈ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ ਸਾਨੂੰ ਜ਼ਿੰਦਗੀ ਦਿੰਦਾ ਆ ਇਸੇ ਕਰਕੇ ਸਤਿਗੁਰ ਨੇ ਕੀ ਆਖਿਆ ਬਾਣੀ ਚ ਪਤਾ ਹੈ ਮਹਾਰਾਜ ਕਹਿੰਦੇ ਅਸੀਂ ਬਹੁਤ ਦਸ਼ਾਵਾਂ ਦੇਖੀਆਂ ਬਹੁਤ ਲੋਕਾਂ ਨੂੰ ਪਰਖਿਆ ਸੱਚੇ ਦਾਤਿਆ ਤੇਰੇ ਤੋਂ ਵੱਡਾ ਸਾਨੂੰ ਹੋਰ ਕੋਈ ਨਹੀਂ ਮਿਲਿਆ ਮੈਂ ਚਾਰੇ ਕੁੰਡਾ ਪਾਲੀਆਂ ਚਾਰੇ ਕੁੰਡਾ ਦਾ ਅਰਥ ਹੈ ਚਾਰੇ ਦਿਸ਼ਾਵਾਂ ਹਰੇਕ ਬੰਦੇ ਨੂੰ ਪਰਖਿਆ ਘੋਖਿਆ ਤੁਦ ਜੇ ਵੱਡਾ ਨਾ ਸਾਈਆਂ ਤੇਰੇ ਤੋਂ ਵੱਡਾ ਹੋਰ ਕੋਈ ਵੀ ਨਹੀਂ ਹੈਗਾ ਦਿੱਠੇ ਸਭੇ ਥਾਮ ਨਹੀਂ ਤੁਦ ਜਿਹਾਂ ਬਹੁਤ ਥਾਵਾਂ ਵੇਖੀਆਂ ਪਰ ਤੇਰੇ ਤੋਂ ਵਧੀਆ ਥਾ ਮੈਨੂੰ ਹੋਰ ਕੋਈ ਨਹੀਂ ਮਿਲੀ ਤੂੰ ਮੇਰੀ ਮਾਂ ਆ ਤੂੰ ਮੇਰਾ ਬਾਪ ਆ ਤੂੰ ਮੇਰਾ ਭਰਾ ਆ ਸਭ ਕੁਝ ਮੇਰਾ ਤੂੰ ਹੈ ਇਸ ਕਰਕੇ ਅਸੀਂ ਦਿਲ ਦੀ ਗੱਲ ਇਹਦੇ ਕੋਲੇ ਕਰ ਸਕਦੇ ਆ ਇਹ ਸਾਡੀ ਮਾਂ ਵੀ ਹੈ ਸਾਡਾ ਬਾਪ ਵੀ ਹੈ ਹਮ ਬਾਰਕ ਤੂੰ ਗੁਰ ਪਿਤਾ ਹੈ ਦੇ ਮਤ ਸਮਝਾਏ ਇਹ ਸਾਡਾ ਬਾਪ ਹੈ ਕੀ ਇੱਕ ਪੁੱਤ ਆਪਣੇ ਬਾਪ ਨਾਲ ਗੱਲ ਨਹੀਂ ਕਰ ਸਕਦਾ ਜੀ ਕੀ ਇੱਕ ਪੁੱਤ ਆਪਣੇ ਬਾਪ ਤੋਂ ਬਿਨਾ ਕਿਸੇ ਦੂਜੇ ਨੂੰ ਬਾਪ ਕਹਿ ਸਕਦਾ ਹੈ? ਔਰ ਕੀ ਇੱਕ ਪੁੱਤ ਦੀ ਭਾਵਨਾ ਨੂੰ ਇੱਕ ਬਾਪ ਤੋਂ ਬਿਨਾ ਪਿਤਾ ਤੋਂ ਬਿਨਾ ਕੋਈ ਦੂਜਾ ਸਹੀ ਤਰੀਕੇ ਨਾਲ ਸਮਝ ਸਕਦਾ ਹੈ ਜੀ? ਨਹੀਂ ਸਮਝ ਸਕਦਾ। ਇਹ ਸਾਡੀ ਮਾਂ ਵੀ ਹੈ। ਗੁਰੂ ਸਾਡੀ ਹੰਗਾਰਾ ਆਵੇ ਨਾਲ ਨਾਲ ਸੰਗਤ ਦਾ ਗੁਰੂ ਸਾਡੀ ਗੁਰੂ ਸਾਡੀ ਮਾਂ ਵੀ ਹੈ। ਤੇ ਮਾਵਾਂ ਦੇ ਹਿਰਦੇ ਕਿਦਾਂ ਦੇ ਹੁੰਦੇ ਆ ਜੀ ਮਾਵਾਂ ਦਾ ਹਿਰਦਾ ਪੁੱਤਾਂ ਪ੍ਰਤੀ ਵਿਸ਼ਾਲ ਹੁੰਦਾ ਸਾਰੇ ਪਿੰਡ ਲਈ ਪੁੱਤ ਮਾੜਾ ਹੁੰਦਾ ਨਸ਼ੇ ਕਰਦਾ ਪਰ ਮਾਂ ਮਾਂ ਕੀ ਦੇਖਦੀ ਆਪਣੇ ਪੁੱਤ ਚੋਂ ਮੇਰਾ ਪੁੱਤ ਆ ਅੱਜ ਨਹੀਂ ਤੇ ਕੱਲ ਬਦਲੇਗਾ ਲੋਕਾਂ ਲਈ ਨਸ਼ੇੜੀ ਹੋ ਜਾਂਦਾ ਪਰ ਮਾਂ ਲਈ ਕੀ ਰਹਿੰਦਾ ਉਹ ਪੁੱਤ ਹੀ ਰਹਿੰਦਾ ਹਜ਼ਾਰਾਂ ਗਲਤੀਆਂ ਵੀ ਕਰੀਏ ਦੁਨੀਆ ਮਾਫ਼ ਨਹੀਂ ਕਰੇਗੀ ਕੌਣ ਮਾਫ਼ ਕਰ ਦਿੰਦਾ ਹੈ ਜੀ ਮਾਂ ਮਾਫ਼ ਕਰ ਦਿੰਦੀ ਹੈ ਪਾਲਦੀ ਹੈ ਪੋਸਦੀ ਹੈ ਗਿੱਲੇ ਥਾਂ ਤੇ ਆਪ ਪੈ ਕੇ ਬੱਚੇ ਨੂੰ ਸੁੱਕੇ ਥਾਂ ਤੇ ਪਾਉਂਦੀ ਹੈ ਆਪਣੇ ਬੱਚੇ ਦੀ ਭੁੱਖ ਨੂੰ ਵੇਖਦੀ ਹੈ ਆਪਣੇ ਬੱਚੇ ਤੇ ਵੇਖਦੀ ਹੈ ਤਨ ਤੇ ਕੱਪੜਾ ਹੈਗਾ ਕਦੇ ਉਹ ਠੰਡ ਨਾਲ ਕਦੇ ਬਿਹਾਲਤਾ ਨਹੀਂ ਹੋ ਰਹੀਆ ਮੇਰੇ ਬੱਚੇ ਤੇ ਕੋਈ ਸਮੱਸਿਆ ਤਾਂ ਨਹੀਂ ਮਾਵਾਂ ਦੇ ਹਿਰਦੇ ਬਹੁਤ ਵੱਡੇ ਹੁੰਦੇ ਆ ਬਹੁਤ ਵਿਸ਼ਾਲ ਹੁੰਦੇ ਆ ਤੇ ਗੁਰੂ ਸਾਡੀ ਕੀ ਐ ਸਾਡੀ ਮਾਂ ਵੀ ਐ ਤੂੰ ਹੈ ਮੇਰਾ ਮਾਤਾ ਤੂੰ ਹੈ ਮੇਰਾ ਮਾਤਾ ਤੂੰ ਹੈ ਮੇਰਾ ਪਿਤਾ ਤੂੰ ਸਾਡੀ ਮਾਂ ਆ ਤੇ ਤੂੰ ਸਾਡਾ ਬਾਪ ਐ ਤੂੰ ਸਾਡਾ ਭਰਾ ਵੀ ਆ ਸਤ ਗੁਰ ਮਿੱਤਰ ਮੇਰਾ ਬਾਲ ਸਖਾਈ ਮੇਰਾ ਗੁਰੂ ਮੇਰੇ ਬਚਪਨ ਦਾ ਮਿੱਤਰ ਵੀ ਹੈ ਬਹੁਤੀਆਂ ਗੱਲਾਂ ਅਸੀਂ ਬਚਪਨ ਦੇ ਮਿੱਤਰਾਂ ਨਾਲ ਸਾਂਝੀਆਂ ਕਰ ਲੈਣੇ ਗੁਰੂ ਸਾਡਾ ਬਚਪਨ ਦਾ ਮਿੱਤਰ ਵੀ ਹੈਗਾ ਤੇ ਗੁਰੂ ਸਾਨੂੰ ਭੈਣਾ ਵੀ ਬਣਾਉਂਦਾ ਆਉਂਦਿਆਂ ਆਵੋ ਭੈਣੇ ਗੱਲ ਮਿਲੋ ਮਿਲ ਅੰਕ ਸੁਹੇਲੜੀਆਂ ਮਿਲ ਕੇ ਕਰਾਂ ਕਹਾਣੀਆਂ ਸਮਰੱਥ ਕੰਤਕੀਆਂ ਤੇ ਗੁਰੂ ਭੈਣ ਦਾ ਦਰਜਾ ਵੀ ਦਿੰਦਾ ਧੀ ਦਾ ਪੁੱਤ ਦਾ ਸਾਰੇ ਦਰਜੇ ਦਿੰਦਾ ਸਾਨੂੰ ਇਸ ਲਈ ਅਸੀਂ ਆਪਣੀ ਗੱਲ ਕਿਹਦੇ ਅੱਗੇ ਰੱਖਣੀ ਆ ਜੀ ਕਿਹਦੇ ਅੱਗੇ ਰੱਖਣੀ ਆ ਜੀ ਅਸੀਂ ਆਪਣੀ ਗੱਲ ਆਪਣੇ ਆਪਣੇ ਗੁਰੂ ਦੇ ਅੱਗੇ ਰੱਖਣੀ ਹੈ ਸਿੱਖ ਦਾ ਭਰੋਸਾ ਕਿਹਦੇ ਤੇ ਹੋਣਾ ਚਾਹੀਦਾ ਗੁਰੂ ਤੇ ਹੋਣਾ ਚਾਹੀਦਾ ਹੈ ਤਾਰ ਜੀ ਅਰੇ ਇਕ ਟੇਕ ਤੂੰ ਲਾਹ ਬਡਾਨੀ ਆਸ ਦੂਜਿਆਂ ਦੀਆਂ ਆਸਾਂ ਲਾ ਕੇ ਇੱਕ ਤੇ ਆਸ ਰੱਖ ਲਾ ਇੱਕ ਤੇ ਭਰੋਸਾ ਰੱਖ ਇੱਕ ਤੇ ਵਿਸ਼ਵਾਸ ਕਰ ਨਾਨਕ ਨਾਮ ਤੇ ਆਈਐ ਕਾਰਜ ਆਵੈ ਆਸ ਤੁਮਰੀ ਸ਼ਰਨ ਤੁਮਾਰੀ ਆਸਾ ਆਸਾ ਅਰਥ ਤੇਰੇ ਤੇ ਆਸ ਹੈ ਤੂੰ ਹੀ ਸਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੇਰੇ ਤੇ ਯਕੀਨ ਆ ਦਾਤਿਆ ਭਰੋਸਾ ਆ ਵਿਸ਼ਵਾਸ ਹੈ ਤੂੰ ਵੈਦ ਵੀ ਆ ਅਸੀਂ ਮਰੀਜ਼ ਆ ਤੂੰ ਆਵਾਜ਼ ਨਹੀਂ ਆਈ ਅਸੀਂ ਮਰੀਜ਼ ਆ ਦਾਤਿਆ ਤੂੰ ਤੂੰ ਵੈਦ ਵੀ ਹੈਗਾ ਮੇਰਾ ਵੈਦ ਗੁਰੂ ਗੋਬਿੰਦ ਆ ਅਸੀਂ ਬਿਮਾਰੀਆਂ ਨਾਲ ਝਗੜੇ ਪਏ ਆ ਛਾਨੂ ਬਿਮਾਰੀਆਂ ਲੱਗੀਆਂ ਹੋਈਆਂ ਇਹਨਾਂ ਬਿਮਾਰੀਆਂ ਦਾ ਇਲਾਜ ਤੇਰੇ ਤੋਂ ਬਿਨਾ ਕਿਸੇ ਹੋਰ ਕੋਲੇ ਨਹੀਂ ਆਏਗਾ ਮੇਰਾ ਵੈਦ ਗੁਰੂ ਗੋਬਿੰਦ ਦਾ ਹਰ ਹਰ ਨਾਮ ਔਖਦ ਮੁਖ ਦੇ ਵੈ ਕਾਟੇ ਜਮ ਕੀ ਫੰਦਾ ਮੇਰੇ ਮੂੰਹ ਚ ਨਾਮ ਦੀ ਦਵਾਈ ਪਾ ਕੇ ਮੇਰੀ ਜ਼ਿੰਦਗੀ ਚੋਂ ਦੁੱਖਾਂ ਦਾ ਨਾਸ਼ ਕਰ ਦਿੰਦਾ ਮੇਰਾ ਗੁਰੂ ਸਾਡਾ ਵੈਦ ਵੀ ਆ ਸਾਡਾ ਡਾਕਟਰ ਵੀ ਆ ਜੇ ਹਰ ਦਵਾਈ ਗੁਰੂ ਦੇ ਕੋਲੇ ਐ ਜੇ ਹਰ ਸਮੱਸਿਆ ਦਾ ਹੱਲ ਗੁਰੂ ਦੇ ਕੋਲੇ ਐ ਫਿਰ ਸਿੱਖ ਨੂੰ ਇਸ ਗੁਰੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਚਾਹੀਦਾ ਹੈ ਜੀ ਫਿਰ ਇਸ ਗੁਰੂ ਤੇ ਭਰੋਸਾ ਨਹੀਂ ਕਰਨਾ ਚਾਹੀਦਾ ਮਾਫ਼ ਕਰਨਾ ਅਸੀਂ ਭਰੋਸਾ ਕਰਕੇ ਤਾਂ ਵੇਖੀਏ ਸਤਿਗੁਰੂ ਸਾਡਾ ਭਰੋਸਾ ਤੋੜਦਾ ਨਹੀਂ ਹੈਗਾ ਗੁਰੂ ਵਿਸ਼ਵਾਸ ਤੋੜਦੇ ਗੁਰੂ ਵਿਸ਼ਵਾਸ ਟੁੱਟਣ ਦਿੰਦਾ ਹੈ ਜੀ ਨਹੀਂ ਟੁੱਟਣ ਦਿੰਦਾ ਮਾਫ਼ ਕਰਨਾ ਸਾਡੇ ਪੁੱਤ ਵਿਸ਼ਵਾਸ ਤੋੜ ਦੇਣਗੇ ਸਾਡੀਆਂ ਧੀਆਂ ਤੋੜ ਦੇਣਗੀਆਂ ਸਾਡੇ ਸਖੀ ਸੰਬੰਧੀ ਸਾਡਾ ਵਿਸ਼ਵਾਸ ਤੋੜ ਦੇਣਗੇ ਪਰ ਸਤਿਗੁਰ ਸਾਡਾ ਵਿਸ਼ਵਾਸ ਨਹੀਂ ਤੋੜਦੇ ਮੈਂ ਤਾਂ ਅਕਸਰ ਬੇਨਤੀ ਕਰਦਾ ਚਮਕੌਰ ਦੀ ਗੜੀ ਦੇ ਅੰਦਰ ਲੰਘ ਕੇ ਗਏ ਆ ਨਾ ਦਿਨ 40 ਸਿੱਖ ਚਮਕੌਰ ਦੀ ਗੜੀ ਚਾਹ ਤੇ ਲੱਖਾਂ ਦੀ ਫੌਜ ਆ ਸਾਹਮਣੇ ਚਾਲੀਆਂ ਦੇ ਨਾਲ ਦੋ ਪੁੱਤ ਵੀ ਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਬਾਬਾ ਜੀ ਸਿੰਘ ਤੇ ਬਾਬਾ ਜਝਾਰ ਸਿੰਘ ਤੇ ਗੁਰੂ ਨੂੰ ਅੰਦਰ ਇਹ ਵੀ ਗੱਲ ਹੈਗੀ ਆ ਵੀ ਜੇ ਇਹਨਾਂ ਚਾਲੀਆਂ ਦੇ ਨਾਲ ਨਾਲ ਮੇਰੇ ਪੁੱਤ ਵੀ ਚਲੇ ਜਾਣ ਤਾਂ ਬਹੁਤ ਵੱਡੀ ਗੱਲ ਹੋਏਗੀ ਤੇ ਬਾਬਾ ਅਜੀਤ ਸਿੰਘ ਤੇ ਬਾਬਾ ਜਝਾਰ ਸਿੰਘ ਆਪ ਚੱਲ ਕੇ ਆਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਵੀ ਬਾਦਸ਼ਾ ਗੁਰੂ ਪਿਤਾ ਕਦੇ ਸਾਨੂੰ ਵੀ ਮੌਕਾ ਮਿਲ ਜਾਏ ਮੈਦਾਨੇ ਜੰਗ ਚ ਜਾਣ ਦਾ ਕਦੇ ਸਾਡੀ ਵੀ ਵਾਰੀ ਆ ਜਾਏ ਕਿਸੇ ਕਵੀ ਨੇ ਲਿਖਿਆ ਕਹਿੰਦਾ ਹੋਰ ਕੀ ਅਸਾਂ ਤੋਂ ਰੱਖਣਾ ਲਕੋਕੇ ਜੀ ਰੱਖੇ ਨਾ ਪੁੱਤ ਪਾਲ ਕੇ ਵੀ ਹੋਰ ਕੀ ਲਕੋਣਾ ਉਹਨੇ ਆਪਣੇ ਪੁੱਤਾਂ ਨੂੰ ਨਾ ਲਕੋਇਆ ਤਾਂ ਕਿ ਸਾਡਾ ਵਿਸ਼ਵਾਸ ਨਾ ਟੁੱਟ ਜਾਏ ਜੇ ਮੈਦਾਨੇ ਜੰਗ ਚ 40 ਸ਼ਹੀਦ ਹੋਏ ਉਹਨਾਂ 40 ਦੇ ਵਿੱਚ লাশ ਬਾਬਾ ਜੀ ਸਿੰਘ ਤੇ ਬਾਬਾ ਜੇ ਜਾਰ ਸਿੰਘ ਦੀ ਵੀ ਪਈ ਹੈ ਤਾਂ ਕਿ ਮਾਂ ਦੇ ਸਦਕ ਤੇ ਭਰੋਸੇ ਚ ਤਰੇੜ ਨਾ ਆ ਜਾਏ ਟੁੱਟਣ ਦਿੱਤਾ ਵਿਸ਼ਵਾਸ ਸਰਵੰਸਵਾਰ ਦਿੱਤਾ ਗੁਰੂ ਨੇ ਵਿਸ਼ਵਾਸ ਥੋੜਾ ਟੁੱਟਣ ਦਿੱਤਾ ਆਪਾਂ ਦੂਰ ਥੋੜਾ ਬੈਠੇ ਆ ਜਗਰਾਵਾਂ ਤੋਂ ਰਾਏ ਕੋਟ ਦੀ ਧਰਤੀ ਹੈ ਨੂਰੇ ਮਾਈ ਨੇ ਆ ਕੇ ਹਾਲ ਦੱਸਿਆ ਰਾਏ ਕੱਲੇ ਨੇ ਭੇਜਿਆ ਤੇ ਸਰੰਦ ਤੋਂ ਮੁੜ ਕੇ ਆਇਆ ਰਸਤੇ 'ਚ ਰੋਈ ਜਾਵੇ ਬਿਹਾਲ ਹੋ ਗਿਆ اندا ਕਿਹੜੇ ਮੂੰਹ ਨਾਲ ਦੱਸਾਂਗਾ ਬਾਜਾਂ ਵਾਲੇ ਨੂੰ ਦਾਤਿਆ ਤੇਰੇ ਦੋ ਪੁੱਤ ਸਰੰਦ ਦੀਆਂ ਨੀਆਂ ਚਗਲਿਆਂ ਕੋਹ ਕੋਹ ਕੇ ਮਾਰ ਦਿੱਤੇ ਮੈਂ ਕਿਹੜੇ ਮੂੰਹ ਨਾਲ ਜਾਵਾਂ ਨਾਲ ਸੋਚੀ ਜਾਂਦਾ ਵੀ ਦੂਹਾ ਦੀ ਖਬਰ ਤਾਂ ਉਦੋਂ ਮਿਲ ਗਈ ਸੀ ਜਦੋਂ ਤੁਰਿਆ ਸੀ ਰਾਏ ਕੋੜ ਤੋਂ ਚਮਕੌਰ ਦੀ ਜੰਗ ਦੀ ਹੁਣ ਦੋ ਰਹਿ ਗਏ ਸੀ ਇਹਨਾਂ ਦੀ ਗੱਲ ਕਿਵੇਂ ਦੱਸਾਂ ਕਿਹੜੇ ਮੂੰਹ ਨਾਲ ਜਾ ਕੇ ਬਾਜਾਂ ਵਾਲੇ ਦੇ ਸਾਹਮਣੇ ਖਲੋਵਾਂਗਾ ਮੈਂ ਜਦੋਂ ਰਾਏਕੋਟ ਦੀ ਧਰਤੀ ਤੇ ਆਇਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾਣ ਨੂੰ ਮਾਨਾ ਕਰੇ ਗੁਰੂ ਅਢੀਕ ਰਿਹਾ ਸਤਗੁਰੂ ਅਢੀਕ ਰਿਹਾ ਵੀ ਕਦੋਂ ਆਏਗਾ ਨੂਰਾ ਮਾਈ ਬਾਪੂ ਇਹ ਥੋੜਾ ਸੋਣਾ ਚਾਹੁੰਦਾ ਵੀ ਮੇਰੇ ਪੁੱਤ ਜਉਂਦੇ ਆ ਜਾਂ ਮਰ ਗਏ ਗੁਰੂ ਇਹ ਜਾਣਨਾ ਚਾਹੁੰਦਾ ਵੀ ਮੇਰਾ ਜੋਰਾਵਰ ਫਤਿਹ ਸਿੰਘ ਕਦੇ ਡੋਲਿਆ ਤਾਂ ਨਹੀਂ ਫਰਜ਼ ਨਿਭਾ ਗਏ ਆਪਣਾ ਤੇ ਕੰਮ ਦਾ ਕੰਮ ਦਾ ਨਾ ਥੜਕਦਾ ਥੜਕਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋ ਗਿਆ ਅੱਖਾਂ ਚੋਂ ਨੀਰ ਵਗ ਰਿਹਾ ਜ਼ੁਬਾਨ ਕੰਬ ਰਹੀ ਹੈ ਆਪਣੇ ਸਰੀਰ ਦਾ ਭਾਰ ਅੱਜ ਲੱਤਾਂ ਤੋਂ ਚੱਕਿਆ ਨਹੀਂ ਜਾ ਰਿਹਾ ਸਾਹਮਣੇ ਖਲੋ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਹਬਜ਼ਾਦਿਆਂ ਦਾ ਹਾਲ ਦੱਸਣ ਲੱਗਿਆ ਤੇ ਤਾਂ ਹੀ ਰੋ ਪਿਆ ਗੁਰਦੇਵ ਨੇ ਆਖਿਆ ਨੂਰਿਆ ਰਹਿਣਾ ਸੰਸਾਰ ਤੇ ਕਿਸੇ ਵੀ ਨਹੀਂ ਜ਼ਿੰਦਗੀ ਭੋਗ ਕੇ ਹਰੇਕ ਜੀਵ ਸੰਸਾਰ ਤੋਂ ਜਾਣਦਾ ਬਾਣੀ ਦਾ ਟੱਲ ਫਰਮਾਣਾ ਜੋ ਉਪਜੁ ਸੁ ਬਿੰਸ ਹੈ ਸੰਗਤ ਆਲੇ ਦਵਾਲੇ ਬੈਠੀ ਐ ਨੂਰਿਆ ਪਤਾ ਨਹੀਂ ਕਿੰਨੀਆਂ ਮਾਵਾਂ ਬੈਠੀਆਂ ਐ ਨੌਜਵਾਨ ਬੈਠੇ ਨੇ ਇਸ ਭਰੀ ਸੰਗਤ ਵਿੱਚ ਜੋ ਕੁਝ ਸਰਹੰਦ ਦੀ ਧਰਤੀ ਤੋਂ ਸੁਣ ਕੇ ਆਇਆ ਜੋ ਕੁਝ ਫਤੇਗੜ ਸਾਹਿਬ ਦੀ ਧਰਤੀ ਤੋਂ ਸੁਣ ਕੇ ਆਇਆ ਅੱਜ ਸੱਚ ਦਾ ਸੱਚ ਬਿਆਨ ਕਰਦੇ ਨੂਰਿਆ ਆਂਦਾ ਮਹਾਰਾਜ ਮੇਰਾ ਮੇਰੇ ਅੰਦਰ ਸਾਸ ਨਹੀਂ ਦੇ ਰਿਹਾ ਗੁਰਦੇਵ ਨੇ ਆਖਿਆ ਸਾਡਾ ਹੁਕਮ ਮੰਨ ਤੈਨੂੰ ਦੱਸਣਾ ਪਵੇਗਾ ਤਾਂ ਹੀ ਰੋਂਦਾ ਹੋਇਆ ਰਾਏਕੋਟ ਦੀ ਧਰਤੀ ਤੇ ਖੜਾ ਹੋਇਆ ਨੂਰਾ ਮਾਹੀ ਪਿਤਾ ਦਸ਼ਮੇਜ ਦੇ ਸਾਹਮਣੇ ਹੱਥ ਜੋੜ ਕੇ ਖਲੋ ਕੇ ਆਂਦਾ ਦਾਤਿਆ ਤੇਰੇ ਦੋ ਬੱਚੇ ਸਰਹੰਦ ਦੀਆਂ ਨੀਆਂ ਵਿੱਚ ਛਾਤੀਆਂ 'ਚ ਛੁਰੀਆਂ ਮਾਰ-ਮਾਰ ਕੇ ਉਹਨਾਂ ਸ਼ਹੀਦ ਕਰ ਦਿੱਤੇ ਨੇ ਕੋ ਕੋ ਕਿ ਤੇਰੇ ਬੱਚਿਆਂ ਨੂੰ ਮਾਰ ਸੁੱਟਿਆ ਉਹਨਾ ਤਸੀਹੇ ਦਿੱਤੇ ਐ ਪੂਰਾ ਸ਼ਹਿਰ ਰੋ ਰਿਹਾ ਹਰੇਕ ਬਜ਼ੁਰਗ ਰੋ ਰਿਹਾ ਹਰੇਕ ਮਾਂ ਰੋ ਰਹੀ ਹੈ ਤੇ ਜਿਨੇ ਵੀ ਮੈਨੂੰ ਹਾਲ ਦੱਸਿਆ ਉਹ ਤੋਂ ਦੱਸਿਆ ਨਹੀਂ ਗਿਆ ਦਾਤਿਆ ਉਹ ਰੋਈ ਗਿਆ ਮੇਰੇ ਸਾਹਮਣੇ ਨੂਰਿਆ ਸ਼ਹੀਦ ਹੋ ਗਿਆ ਮੈਂ ਅਗਲੀ ਗੱਲ ਪੁੱਛਣ ਲੱਗਾ ਜਦੋਂ ਮੇਰੇ ਜੁਝਾਰ ਨੂੰ ਨੀਆਂ ਵਿੱਚ ਚਿਣਿਆ ਗਿਆ ਮੇਰੇ ਜੁਝਾਰ ਨੇ ਧਾਤ ਤਾਂ ਨਹੀਂ ਮਾਰੀ ਮੇਰੇ ਫਤਿਹ ਨੇ ਚੀਕ ਤਾਂ ਨਹੀਂ ਮਾਰੀ ਨੂਰਿਆ ਡੋਲੇ ਤਾਂ ਨਹੀਂ ਘਬਰਾਏ ਤਾਂ ਨਹੀਂ ਦੱਸ ਸੱਚੋ ਸੱਚ ਦੱਸ ਆਂਦਾ ਨਹੀਂ ਮਾਲਕਾ ਤੇਰਾ ਜੋਰਾ ਵਰ ਜੋਰ ਵਿਖਾਉਂਦਾ ਹੋਇਆ ਤੇਰਾ ਫਤਿਹ ਵੱਡੇ ਵੱਡੇ ਜ਼ਾਲਿਮਾਂ ਤੇ ਫਤਿਹ ਪਾ ਗਿਆ ਛੋਟੀ ਜੀਆਂ ਛੋਟੀਆਂ ਛੋਟੀਆਂ ਕੰੰਧਾਂ ਨੇ ਵੱਡੀਆਂ ਵੱਡੀਆਂ ਹਕੂਮੰਦੀਆਂ ਕੰੰਧਾਂ ਹਲਾ ਦਿੱਤੀਆਂ ਦਤਿਆ ਤੇਰੇ ਛੋਟੇ ਛੋਟੇ ਬੱਚਿਆਂ ਨੇ ਵੱਡੇ ਵੱਡੇ ਹਾਕਮਾਂ ਦੇ ਪੈਰਾਂ ਦੀ ਜ਼ਮੀਨ ਖਸਕਾ ਦਿੱਤੀ ਹੈ ਤੇਰੇ ਛੋਟੇ ਛੋਟੇ ਬੱਚੇ ਵੱਡਾ ਵੱਡਾ ਸਨੇਹਾ ਦਿੰਦਿਆਂ ਹੋਇਆਂ ਇਸ ਪੂਰੀ ਖਲਕਤ ਨੂੰ ਰੱਬ ਨਾਲ ਜੁੜਨ ਦੀ ਪ੍ਰੇਰਣਾ ਦੇ ਕੇ ਸੰਸਾਰ ਤੋਂ ਵਿਦਾ ਹੋਏ ਨੇ ਦਾਤਿਆ ਹਰੇਕ ਦੇ ਦਿਲ 'ਚ ਤੇਰੇ ਜੋਰਾ ਵਰ ਤੇ ਤੇਰੇ ਫਤੇ ਲਈ ਇਥਾ ਪਿਆਰ ਹੈ ਜਿੱਤੇ ਸਾਨੂੰ ਜਾਣ ਦਾ ਦੁੱਖ ਹੈ ਉੱਤੇ ਸਾਨੂੰ ਖੁਸ਼ੀ ਇਸ ਗੱਲ ਦੀ ਹੈ ਛਾਤੀਆਂ ਤੇ ਬਹਿ ਕੇ ਅਗਲੇ ਕੋ-ਕੋ ਕੇ ਮਾਰੇ ਆਗਲਿਆਂ ਪੋਟਾ ਪੋਟਾ ਕਰ ਦਿੱਤਾ ਤੇਰੇ ਬੱਚਿਆਂ ਦਾ ਬਾਜਾਂ ਵਾਲਿਆ ਪਰ ਉਹਨਾਂ ਦੀ ਰਸਨਾ ਤੋਂ ਆਵਾਜ਼ ਆਉਂਦੀ ਰਹੀ ਹੈ ਅਸੀਂ ਪਿਤਾ ਦਸ਼ਮੇਚ ਦੇ ਆਂ ਪਰੋਸਾ ਕਾਲ ਪੁਰਖ ਤੇ ਆ ਵਜ਼ੀਰੇਆ ਪੋਟਾ ਪੋਟਾ ਕਰਕੇ ਕਿਸੇ ਨਹਿਰ ਦੇ ਕੰਡੇ ਵੀ ਸੁਟਾਏਗਾ ਆਵਾਜ਼ ਸਾਡੇ ਦਿਲ ਚੋਂ ਆਏਗੀ ਅਸੀਂ ਪੋਤੇ ਗੁਰੂ ਤੇਗ ਬਹਾਦਰ ਸਾਹਿਬ ਦੇ ਆਂ ਤੇ ਪੜਦਾਦਾ ਸਾਡਾ ਸ਼ਹੀਦਾਂ ਦਾ ਸਰਤਾਜ ਗੁਰੂ ਅਰਜਨ ਸਾਹਿਬ ਹੈ ਆਵਾਜ਼ ਆਉਂਦੀ ਸਿੱਧਲ ਦੇ ਵਿੱਚੋਂ ਇਹ ਇਹ ਕੁਝ ਕਰ ਬਖਾਇਆ ਤੇਰੇ ਬੱਚਿਆਂ ਨੇ ਦਾਤੇ ਆ ਇਹ ਸਰਹੰਦ ਦੀ ਧਰਤੀ ਤੇ ਵਾਪਰਿਆ ਆ ਮੈਂ ਸੋਚਦਾ ਗੁਰੂ ਨੇ ਵਿਸ਼ਵਾਸ ਟੁੱਟਣ ਦੇਣਾ ਸਿੱਖ ਇਤਿਹਾਸ ਵਿੱਚ ਤਾਂ ਕਿਸੇ ਸਿੱਖ ਨੇ ਵਿਸ਼ਵਾਸ ਨਹੀਂ ਟੁੱਟਣ ਦਿੱਤਾ ਆਉਣ ਵਾਲੀਆਂ ਨਸਲਾਂ ਦਾ ਬੱਚੇ ਵਾਰ ਕੇ ਸਾਡਾ ਸਿੱਧਕ ਪੱਕਾ ਕੀਤਾ ਗੁਰੂ ਸਾਹਿਬ ਨੇ ਨੂਰਾ ਵੀ ਰੋ ਰੋ ਕੇ ਦੱਸਦਾ ਤਾਂ ਹੀ ਬਾਜਾਂ ਵਾਲੇ ਚੁੱਪ ਕਰਾਉਂਦੇ ਹੋਏ ਮਾਹੀ ਨੂਰੇ ਨੂੰ ਸਮਝਾਉਂਦੇ ਨੂਰੇਆ ਕਭਰਾ ਨਾ ਰੋ ਨਾ ਇਹਨਾਂ ਦੂਹਾਂ ਨੂੰ ਵੇਖ ਕੇ ਪਤਾ ਨਹੀਂ ਕਿੰਨਿਆਂ ਨੇ ਸਿਰ ਤੇ ਦਸਤਾਰਾਂ ਬੰਨ੍ਨੀਆਂ ਤੇ ਪਤਾ ਨਹੀਂ ਕਿੰਨਿਆਂ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦਾ ਪਾਠ ਕਰਨਾ ਹੈ ਪਤਾ ਨਹੀਂ ਕਿੰਨਿਆਂ ਦਾ ਭਰੋਸਾ ਬਚੇਗਾ ਗੁਰੂ ਤੇ ਰੋਂ ਦੀ ਲੋੜ ਨਹੀਂ ਰੋਈ ਦਾ ਮਰਿਆਂ ਨੂੰ ਐ ਸ਼ਹੀਦਾਂ ਨੂੰ ਘਰੋਂਦਾ ਨਹੀਂ ਹੁੰਦਾ ਜੇ ਜਉਂਦੇ ਰਹਿੰਦੇ 6 ਸਾਲ ਜਉਂ ਲੈਂਦੇ 70 ਸਾਲ ਜਉਂ ਲੈਂਦੇ ਮੈਂ ਆਪਣੇ ਬੱਚਿਆਂ ਨੂੰ 70 ਸਾਲ ਧਰਤੀ ਤੇ ਨਹੀਂ ਵੇਖਣਾ ਚਾਹੁੰਦਾ ਮੈਂ ਚਾਹੁੰਦਾ ਮੇਰੇ ਬੱਚੇ ਖਾਲਸਾ ਪੰਥ ਦੇ ਹਿਰਦੇ ਦੀ ਧਰਤੀ ਤੇ ਸਦੀਆਂ ਹੀ ਰਾਜ ਕਰਨ ਸਦੀਆਂ ਹੀ ਰਾਜ ਕਰਨ ਮੇਰੇ ਬੱਚੇ ਜੇ 7 ਸਾਲ ਨਾ ਜਾਵਾਂ ਕਿ ਮੇਰੇ ਬੱਚੇ 80 ਸਾਲ ਜਉ ਜਾਂਦੇ ਖਿਰੀ ਸੰਸਾਰ ਤੋਂ ਤਾਂ ਜਾਣਾ ਹੀ ਐ ਉਹ ਗਏ ਨਹੀਂ ਉਹ ਲੱਖਾਂ ਤੇ ਕਰੋੜਾਂ ਦਿਲਾਂ ਦੇ ਮਨਾਂ ਦੇ ਵਿੱਚ ਐ ਪ੍ਰੇਰਣਾ ਦਿੰਦੇ ਐ ਜਗਾਉਂਦੇ ਐ ਮਰੀਆਂ ਜ਼ਮੀਰਾਂ ਨੂੰ ਹਿਲਾਉਂਦੇ ਐ ਮੇਰੇ ਬੱਚੇ ਇਹ ਗੱਲ ਕਹੀ ਸੀ ਰਾਏਕੋਟ ਦੇ ਧਰਤੀ ਤੇ ਗੁਰਦੇਵ ਗੁਰੂ ਕਲੰਗੀਰ ਸਾਹਿਬ ਸੱਚੇ ਪਾਤਸ਼ਾਹ ਨੇ ਟੁੱਟਣ ਦਿੱਤਾ ਵਿਸ਼ਵਾਸ ਸਾਡਾ ਬੱਚੇ ਵਾਰ ਕੇ ਵਿਸ਼ਵਾਸ ਟੁੱਟਣ ਦਿੱਤਾ ਮਾਤਾ ਗੁਜਰਕਾਰ ਨੂੰ ਠੰਡੇ ਬਰਜ ਵਿੱਚ ਭਾ ਕੇ ਵਿਸ਼ਵਾਸ ਟੁੱਟਣ ਦਿੱਤਾ ਸਾਡੇ ਬਾਪੂ ਨੇ ਕਸ਼ਮੀਰ ਤੋਂ ਚੱਲ ਕੇ ਆ ਕੇ ਪੰਡਤ ਕਹਿੰਦੇ ਦਾਤਿਆ ਕਿੰਨੇ ਮੰਦਰਾਂ ਦੇ ਕੋਲ ਦੀ ਲੰਗ ਆਏ ਆ ਕਿੰਨੇ ਜੋਗੀਆਂ ਦੀ ਸਭਾ ਵਿੱਚ ਬੈਠ ਆਏ ਆ ਤੇ ਕਿੰਨਿਆਂ ਦੇ ਘਰਾਂ ਦੇ ਦਰਵਾਜ਼ੇ ਖੜਕਾ ਲਏ ਪਰ ਭਰੋਸਾ ਤੇਰੇ ਤੇ ਆ ਦਾਤਿਆ ਗੁਰਦੇਵ ਆਖਿਆ ਜੇ ਗੁਰੂ ਨਾਨਕ ਦੇ ਘਰ ਤੇ ਵਿਸ਼ਵਾਸ ਰੱਖਿਆ ਪਰੋਸਾ ਰੱਖਿਓ ਗੁਰੂ ਨਾਨਕ ਦਾ ਘਰ ਆਿਆਂ ਨੂੰ ਗੱਲ ਆਉਂਦਾ ਹੈ ਅੱਜ ਤੁਹਾਡੇ ਤੇ ਜ਼ੁਲਮ ਹੋ ਰਿਹਾ ਨਾ ਅੱਜ ਤੁਹਾਨੂੰ ਮਾਰਿਆ ਜਾ ਰਿਹਾ ਨਾ ਜਾ ਜਾ ਕੇ ਕਹਿ ਦੋ ਰੰਗੇ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਰੰਗਿਆ ਜੇ ਨੌਵੇਂ ਨਾਨਕ ਨੂੰ ਮਨਾ ਲਏਗਾ ਅਸੀਂ ਸਾਰੇ ਆਪਣਾ ਧਰਮ ਤਿਆਗ ਕੇ ਤੇਰੇ ਧਰਮ ਵਿੱਚ ਪ੍ਰਵੇਸ਼ ਕਰ ਜਾਵਾਂਗੇ ਇੰਨੀ ਗੱਲ ਕਹਿ ਦੇ ਜਾ ਕੇ ਟੁੱਟਣ ਦਿੱਤਾ ਵਿਸ਼ਵਾਸ ਗੁਰੂ ਨੇ ਤਿੰਨ ਸਿੱਖ ਸ਼ਹੀਦ ਹੋ ਗਏ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਮਤੀ ਦਾਸ ਸੁਨਾਰੇ ਨਾਲ ਚੀਰਿਆ ਗਿਆ ਸਤੀ ਦਾਸ ਨੂੰ ਰੂਹ ਵਿੱਚ ਲਪੇਟ ਕੇ ਸਾੜਿਆ ਗਿਆ ਭਾਈ ਦਿਆਲੇ ਨੂੰ ਦੇਗ ਵਿੱਚ ਬਾ ਕੇ ਉਬਾਲਿਆ ਗਿਆ ਟੁੱਟਣ ਦਿੱਤਾ ਕਿਸੇ ਨੇ ਵਿਸ਼ਵਾਸ ਪਰ ਉਹ ਸੱਟਣ ਦਿੱਤਾ ਤਵੀ ਤੇ ਬਹਿ ਕੇ ਵੀ ਗੁਰੂ ਡੋਲਿਆ ਨਹੀਂ ਤਾਂ ਕਿ ਅਸੀਂ ਡੋਲੀਏ ਨਾ ਸਾਡੇ ਮਨ ਚ ਘਬਰਾਹਟ ਨਾ ਆਏ ਗੁਰੂ ਦੇ ਰਸਤੇ ਤੇ ਤੁਰਦਿਆਂ ਸਾਡਾ ਮਨ ਡੋਲੇ ਨਾ ਐਵੇਂ ਥੋੜਾ ਲਿਖਿਆ ਕਿਸੇ ਨੇ ਆ ਰਿਹਾ ਜੂਨ ਦਾ ਮਹੀਨਾ ਅੱਗੇ ਚਾਰੋਂ ਤਰਫ ਅੱਗ ਵਰਸੇ ਪੂਰਾ ਮਹੀਨਾ ਗਰਮੀ ਦਾ ਅੱਗ ਵੱਰ ਰਹੀ ਹੈ ਸੇਕ ਸੀ ਤਨ ਸਾੜਦਾ ਪੂਰਾ ਸੇਕ ਨਾ ਤਨ ਨੂੰ ਸਾੜ ਰਿਹਾ ਛਾਲੇ ਛਾਲੇ ਹੋਇਆ ਜੁਸਾ ਸਾਰਾ ਸਰੀਰ ਕਾਦੇ ਨਾ ਭਰ ਗਿਆ ਛਾਲਿਆਂ ਨਾ ਭਰ ਗਿਆ ਖਾਲੇ ਖਾਲੇ ਹੋਇਆ ਜੁਸਾ ਸੱਚੀ ਸਰਕਾਰ ਦਾ ਸਾਈਂ মিয়া ਮੀਰ ਸੰਬੰਧ ਹੈ ਗੁਰੂ ਸਾਹਿਬ ਨਾਲ ਬੜੇ ਨੇੜਲੇ ਸਾਈਂ মিয়া ਮੀਰ ਡਿਠਾ ਹਾਲ ਆਇਦ ਯਾਰ ਦਾ ਆਪਣੇ ਪਿਆਰੇ ਨੂੰ ਵੇਖਿਆ ਨਾ ਗੁਰੂ ਅਰਧਨ ਸਾਹਿਬ ਨੂੰ ਸਾਈ ਮੀਆਂ ਮੀਰ ਨੇ ਆਂਦਾ ਹੋ ਮੀਰਾਂ ਦੇ ਸਾਈਆਂ ਜਿਨ੍ਹਾਂ ਚਰਨਾ ਚ ਸੀਸ ਰੱਖਦੇ ਸੀ ਉਹ ਸਵਾ ਵਰਗੇ ਬਣਾਤੇ ਅਗਲੇ ਜਿਸ ਤਣ ਨੂੰ ਵੇਖਣ ਲਈ ਲੋਕੀ ਤਰਤ ਦੇ ਸਾਨੂੰ ਛਾਲਿਆ ਨਾ ਭਰਿਆ ਹੋਇਆ ਤੇ ਸਾਰੇ ਹੀ ਸਰੀਰ ਤੋਂ ਚਰਬੀ ਵੱਖ ਹੋਈ ਪਈ ਐ ਸਾਈ ਮੀਆਂ ਮੀਰ ਡਠਾ ਹਾਲਿਆ ਯਦ ਯਾਰ ਦਾ ਓਹ ਹੋ ਬਿਆਕਲ ਰੋਪਿਆ ਕੀ ਖੇ ਤੇ ਤਾਂ ਹੀ ਮਾਰਦਾ ਉਹਨੇ ਤਾਂਾਂ ਮਾਰੀਆਂ ਰੋਇਆ ਕਰਲਾਇਆ ਸਾਈਂ ਮੀਆਂ ਮੀਰ ਦੋਲ ਗਿਆ ਅੰਦਰੋਂ ਘਬਰਾਹਟ ਹੋਈ ਤੇ ਸਤਿਗੁਰ ਸਾਈਂ ਮੀਆਂ ਮੀਰ ਨੂੰ ਗੱਲ ਆ ਕੇ ਪਤਾ ਕੀ ਕਹਿਣ ਲੱਗੇ ਕੀ ਆਖਿਆ ਕਹਿਣ ਲੱਗੇ ਸਾਈਂ ਜੀ ਸਤ ਗੁਰ ਬੋਲੇ ਸੁਣ ਮੀਆਂ ਸਾਈਂ ਦੀ ਗੱਲ ਸੁਣੋ ਇੱਕ ਛੋਟੋ ਪ੍ਰੀਤੀ ਚਾਮ ਸੇ ਕੀ ਹੋਇਆ ਤਨ ਸੜ ਰਿਹਾ ਹਮ ਸ਼ਾਂਤ ਹੈ ਹਰ ਨਾਮ ਸੇ ਤਨ ਸੜਦਾ ਨਾ ਵੇਖ ਸਾਈਂ ਸਾਡਾ ਅੰਦਰ ਵੇਖੋ ਤਾਂ ਸ਼ਾਂਤ ਹੈ ਤਨ ਅੱਜ ਨਹੀਂ ਤੇ ਕੱਲ ਖੀਰੀ ਮਿੱਟੀ ਹੋ ਜਾਣਾ ਤਨ ਤੇ ਸਾਰਿਆਂ ਦਾ ਹੀ ਸੜਨਾ ਹੈ ਸਾਈਂ ਜੀ ਸਾਡੇ ਸੜੇ ਹੋਏ ਹੱਥ ਨਾ ਦੇਖੋ ਸਾਡੇ ਸਰੀਰ ਤੋਂ ਵੱਖਰੀ ਹੋਈ ਚਰਬੀ ਨਾ ਵੇਖੋ ਸਾਡੇ ਸਰੀਰ ਤੇ ਪਈ ਹੋਈ ਸਾਈਂ ਮੀਆਂ ਮੀਰ ਜੀ ਚਰਬੀ ਨਾ ਵੇਖੋ ਤੁਸੀਂ ਇਹ ਵੇਖੋ ਵੀ ਸ਼ੀਦਾ ਦਾ ਸਰਤਾਜ ਤਵੀ ਤੇ ਡੋਲ ਬੈਠਾ ਕਿ ਅਡੋਲ ਬੈਠਾ ਐਨੀ ਗੱਲ ਵੇਖ ਡੋਲਿਆ ਨਹੀਂ ਬਾਪੂ ਕਿਉਂ ਨ ਡੋਲਿਆ ਭੈਣੋ ਤਵੀ ਤੇ ਬਹਿ ਕੇ ਸਾਡਾ ਪੰਜਮਾ ਬਾਪੂ ਕਿਉਂ ਨ ਡੋਲਿਆ ਤਾਂ ਕਿ ਅਸੀਂ ਡੋਲ ਨਾ ਜਾਈਏ ਗੁਰੂ ਦੇ ਰਾਹ ਤੇ ਤੁਰਦੇ ਆਂ ਪੁੱਤ ਕਟਵਾ ਕੇ ਨਹੀਂ ਡੋਲਿਆ ਤਾਂ ਕਿ ਤੁਹਾਨੂੰ ਆਪਣੇ ਬੱਚੇ ਸਿੱਖ ਬਣਾਉਂਦੇ ਆਂ ਕਿਸੇ ਪ੍ਰਕਾਰ ਦੀ ਸੰਗ ਤੇ ਸ਼ਰਮ ਨਾ ਆਵੇ ਸੀਸ ਕਟਾ ਕੇ ਨਹੀਂ ਡੋਲਿਆ ਬਾਪੂ ਤਾਂ ਕਿ ਦੁਨੀਆ ਤੇ ਮਨੁੱਖਤਾ ਦਾ ਭਲਾ ਕਰਦੇ ਆਂ ਤੁਹਾਡਾ ਪੈਰ ਪਿੱਛੇ ਨਾ ਜਾਵੇ ਜਾਂਚ ਸਖਾਈ ਵਿਸ਼ਵਾਸ ਟੁੱਟਣ ਦਿੱਤਾ ਗੁਰੂ ਨੇ ਭਰੋਸਾ ਟੁੱਟਣ ਦਿੱਤਾ ਅੱਛਾ ਸਿੱਖ ਦਾ ਕਿੰਨਾ ਕ ਭਰੋਸਾ ਜੀ ਗੁਰੂ ਸਾਹਿਬ ਤੇ ਸਾਡਾ ਵਿਸ਼ਵਾਸ ਕਿੰਨਾ ਕ ਜਿਹੜਾ ਸਾਡਾ ਵਿਸ਼ਵਾਸ ਤਵੀਆਂ ਤੇ ਬਹਿ ਕੇ ਪੁੱਤ ਵਾਰ ਕੇ ਸਿਰ ਕਟਵਾ ਕੇ ਸਾਡਾ ਵਿਸ਼ਵਾਸ ਪੱਕਾ ਕਰਦਾ ਰਿਹਾ ਸਾਡਾ ਵਿਸ਼ਵਾਸ ਬਣਿਆ ਉਹਦੇ ਤੇ ਸਾਡਾ ਭਰੋਸਾ ਬਣਿਆ 2-4 ਦਿਨ ਸਾਡੀਆਂ ਦੁਨਿਆਵੀ ਸਮੱਸਿਆਵਾਂ ਹੱਲ ਨਾ ਹੋਣਾਂ ਬੰਦਾ ਗੁਰੂ ਨੂੰ ਛੱਡ ਕੇ ਕਿੱਥੇ-ਕਿੱਥੇ ਜਾਊਗਾ 2-4 ਸਮੱਸਿਆਵਾਂ ਵੀ ਹੱਲ ਨਾ ਹੋਣਾਂ ਪਤਾ ਨਹੀਂ ਕਿੱਥੇ-ਕਿੱਥੇ ਤੁਰੇ ਫਿਰਦੇ ਅਸੀਂ ਗੁਰੂ ਸਾਹਿਬ ਨੂੰ ਛੱਡ ਕੇ ਜਦੋਂ ਸਾਡੇ ਸਿੱਖ ਵਿਦਵਾਨਾਂ ਨੇ ਪਹਿਰਾ ਬਣਾਇਆ ਸੀ ਨਾ ਉਹਦੇ 'ਚ ਇੱਕ ਪਹਿਰਾ ਸੀ ਬੜਾ ਪਿਆਰਾ ਆ ਤਾਂ ਕਿ ਸਾਡਾ ਗੁਰੂ ਤੇ ਭਰੋਸਾ ਵਿਸ਼ਵਾਸ ਬਣਿਆ ਰਹੇ ਸਿੱਖ ਮੰਗ ਵੀ ਕਰਦਾ ਹੈ ਸਿੱਖਾਂ ਨੂੰ ਸਿੱਖੀ ਦਾਤ ਅੱਗੇ ਕੀ ਆ ਜੀ ਕੇਸਦਾਨ ਅੱਗੇ ਜੀ ਵਸਾਦਾਨ ਅੱਗੇ ਜੀ ਪ੍ਰੋਸਾਦਾਨ ਸਿੱਖ ਕੀ ਮੰਗ ਕਰਦਾ ਹੈ ਅਰਦਾਸ ਵਿੱਚ ਦੇਲੀ ਸਵੇਰੇ ਸ਼ਾਮ ਅਰਦਾਸ ਭਾਈ ਸਾਹਿਬ ਕਰਦੇ ਹੈ ਕੀ ਮੰਗ ਕਰਦਾ ਸਿੱਖ ਪ੍ਰੋਸਾ ਮੰਗਦਾ ਆਪਣੇ ਗੁਰੂ ਤੋਂ ਤੇ ਅਰਦਾਸ ਬਣਾਉਣ ਵਾਲਿਆਂ ਵੀ ਕਮਾਲ ਕੀਤੀ ਨਾ ਵੀ ਜੇ ਪ੍ਰੋਸਾ ਹੀ ਨਾ ਰਿਹਾ ਸਿੱਖ ਦਾ ਗੁਰੂ ਤੇ ਤੇ ਸਿੱਖ ਮਾਫ਼ ਕਰਨਾ ਭਰੋਸੇ ਤੋਂ ਬਿਨਾ ਕਿਸੇ ਤੋਂ ਕੁਝ ਸਿੱਖਿਆ ਜਾ ਸਕਦਾ? ਭਰੋਸੇ ਤੋਂ ਬਿਨਾ ਤੇ ਕੋਈ ਕਿਸੇ ਨੂੰ ਲੱਖ ਰੁਪਇਆ ਉਧਾਰਾ ਨਹੀਂ ਦਿੰਦਾ ਅਗਲਾ ਕੰਦਾ ਮੁਕਰ ਨਾ ਜਾਏ ਬਈ ਕਾ ਨੂੰ? ਭਰੋਸੇ ਤੋਂ ਬਿਨਾ ਤਾਂ ਕੋਈ ਕਿਸੇ ਨੂੰ ਆਪਣੇ ਘਰ ਦੀ ਮੰਗੀ ਹੋਈ 50 ਰੁਪਏ ਦੀ ਚੀਜ਼ ਨਹੀਂ ਦਿੰਦਾ ਵੀ ਮੁੜੇਗੀ ਕਿ ਨਹੀਂ ਮੁੜੇਗੀ? ਭਰੋਸੇ ਤੋਂ ਬਿਨਾ ਸਾਂਝ ਬਣਦੀ ਐ? ਸਾਡੇ ਪੁੱਤ ਬਾਹਰ ਐ। ਸਾਡੀਆਂ ਧੀਆਂ ਹੋਸਟਲਾਂ ਵਿੱਚ ਪੜ੍ਹਦੀਆਂ ਦੋ-ਦੋ ਮਹੀਨੇ ਘਰੇ ਨਹੀਂ ਆਉਂਦੀਆਂ ਕਾਦੇ ਸਿਰ ਤੇ ਰਿਸ਼ਤਾ ਬਣਿਆ ਹੋਇਆ ਜੀ ਸਿਰਫ ਭਰੋਸਾ ਹੈ ਧੀ ਨੂੰ ਇਹ ਆ ਵੀ ਬਾਪ ਦੀ ਪੱਗ ਸਾਹਮਣੇ ਰੱਖਣੀ ਆ ਤੇ ਬਾਪ ਨੂੰ ਇਹ ਹੈ ਵੀ ਧੀ ਨੂੰ ਚੰਗੀ ਪੜ੍ਹਾਈ ਕਰਾਉਣੀ ਆ ਭਾਵੇਂ ਮੈਨੂੰ ਨੂਨ ਨਾਲ ਵੀ ਰੋਟੀਆਂ ਖਾਣੀਆਂ ਪਿਆ ਜਾਣ ਤੇ ਖਾ ਲਾਂਗਾ ਇਹ ਰਿਸ਼ਤਾ ਕਾਦੇ ਨਾਲ ਕਾਇਮ ਰਹਿੰਦਾ ਜੀ ਭਰੋਸੇ ਨਾਲ ਪਤੀ ਵਿਦੇਸ਼ ਬੈਠਾ ਭੈਣ ਪੰਜਾਬ ਬੈਠੀ ਹੈ ਕੋਈ ਦੇਖ ਨਹੀਂ ਰਿਹਾ ਇੱਕ ਦੂਜੇ ਨੂੰ ਪਰ ਰਿਸ਼ਤਾ ਕਾਦੇ ਕਰਕੇ ਜੁੜਿਆ ਹੋਇਆ ਇੱਕ ਵਿਸ਼ਵਾਸ ਕਰਕੇ ਜੁੜਿਆ ਹੋਇਆ ਵਿਦੇਸ਼ ਬੈਠੇ ਨੂੰ ਇਹ ਆ ਵੀ ਮੇਰੀ ਘਰ ਵਾਲੀ ਮੇਰੇ ਤੋਂ ਬਿਨਾ ਕਿਸੇ ਦੂਜੇ ਤੇ ਡਿਪੈਂਡ ਨਹੀਂ ਹੋਵੇਗੀ ਤੇ ਜਿਹੜਾ ਵਿਦੇਸ਼ ਬੈਠਾ ਭੈਣ ਨੂੰ ਇਹ ਭਰੋਸਾ ਵੀ ਮੇਰੇ ਤੋਂ ਬਿਨਾ ਮੇਰੇ ਪਰਿਵਾਰ ਤੋਂ ਬਿਨਾ ਮੇਰੇ ਘਰ ਵਾਲਾ ਕਿਸੇ ਦੂਜੀ ਔਰਤ ਦਾ ਗੁਲਾਮ ਨਹੀਂ ਹੋਏਗਾ ਕਾਦੇ ਕਰਕੇ ਰਿਸ਼ਤੇ ਭਰੋਸੇ ਵਿਸ਼ਵਾਸ ਕਰਕੇ ਰਿਸ਼ਤੇ ਜੁੜੇ ਹੋਏ ਆ ਸਾਡੇ ਜੇ ਰਿਸ਼ਤਿਆਂ 'ਚੋਂ ਭਰੋਸਾ ਤੇ ਵਿਸ਼ਵਾਸ ਕੱਢ ਦਿੱਤਾ ਜਾਏ ਰਿਸ਼ਤੇ ਜਉਂਦੇ ਜਾਗਦੇ ਰਹਿਣਗੇ ਦੱਸਿਓ ਮਾੜਾ ਜਾਂ ਦੱਸਿਓ ਰਿਸ਼ਤੇ ਰਹਿਣਗੇ ਫਿਰ ਜੇ ਵਿਸ਼ਵਾਸ ਤੇ ਭਰੋਸੇ ਨੂੰ ਪਾਸੇ ਕਰ ਦਈਏ ਰਿਸ਼ਤੇ ਖਤਮ ਨਹੀਂ ਹੋਣਗੇ ਟੁੱਟ ਨਹੀਂ ਜਾਣਗੇ ਟੁੱਟ ਜਾਣਗੇ ਰਿਸ਼ਤੇ ਭਰੋਸੇ ਤੇ ਵਿਸ਼ਵਾਸ ਕਰਕੇ ਮਾਫ ਕਰਨਾ ਮੈਂ ਅਕਸਰ ਜ਼ਿਕਰ ਕਰਦਾ ਵੀ ਜੇ ਜਾਚ 'ਚ ਬੈਠੀ ਹੈ ਆਪਾਂ ਤੇ ਸਾਨੂੰ ਕੋਈ ਬੈਠਣ ਲੱਗਿਆਂ ਕਹਿ ਦੇ ਵੀ ਪਾਇਲਟ ਤਾਂ ਅਣਜਾਨ ਜਾਂ ਬੰਦਾ ਮਾਰ ਦੇਣਾ ਇਹਨੇ ਤੁਹਾਨੂੰ ਜਾਚ ਬਹਿ ਨੂੰ ਦਿਲ ਕਰੂ ਤੁਹਾਡਾ ਜਦੋਂ ਰਸਤੇ ਚ ਜਾਓਗੇ ਤੇ ਦਿਲ ਕਿੱਦਾਂ ਰਹੇਗਾ ਤੁਹਾਡਾ ਡੋਲਦਾ ਰਹਿਣਾ ਇਦਾਂ ਵੀ ਮਰ ਨਾ ਜਾਈਏ ਡੈਗਣਾ ਪਈਏ ਖਤਮ ਨਾ ਹੋ ਜਾਈਏ ਸਾਡਾ 4-5 ਘੰਟੇ ਦਾ ਸਫਰ ਪਲੇਨ ਚ ਕਿਵੇਂ ਲੰਘਦਾ ਜੀ ਸਾਨੂੰ ਪਾਇਲਟ ਤੇ ਬੱਸ ਵਾਲੇ ਡਰਾਈਵਰ ਤੇ ਭਰੋਸਾ ਨਾ ਹੋਵੇ ਬਸ ਤੇ ਨਹੀਂ ਬਹਿੰਦਾ ਅਗਲਾ ਵੀ ਕੀ ਪਤਾ ਮਾਰ ਦੂ ਸਾਨੂੰ ਸ਼ਰਾਬ ਪੀਤੀ ਹੋਵੇ ਡਰਾਈਵਰ ਦੀ ਅਗਲਾ ਕਹਿੰਦਾ 10 ਮਿੰਟ ਰੁੱਕ ਕੇ ਚਲੇ ਜਾਣੇ ਇਹਦੇ ਨਾਲ ਨਹੀਂ ਜਾਣਾ ਮਾਰੇਗਾ ਕਾਸੇ ਚ ਪਰੋਸੇ ਤੋਂ ਬਿਨਾ ਤੇ ਬੱਸ 'ਚ ਨਹੀਂ ਬਹਿੰਦਾ ਅਗਲਾ ਵਿਸ਼ਵਾਸ ਹੋਵੇ ਤਾਂ ਤਾਂ ਹੀ ਆ ਤੇ ਬੇਵਿਸ਼ਵਾਸੀ ਜ਼ਿੰਦਗੀ ਹੈ ਕੋਈ ਜਿਸ ਜ਼ਿੰਦਗੀ 'ਚ ਵਿਸ਼ਵਾਸ ਨਹੀਂ ਉਹ ਜ਼ਿੰਦਗੀ ਹੈਗੀ ਕੋਈ ਵਿਸ਼ਵਾਸ ਤੋਂ ਬਿਨਾ ਕੁਝ ਨਹੀਂ ਸਾਡਾ ਗੁਰੂ ਤੇ ਵੀ ਭਰੋਸਾ ਗੁਰੂ ਤੇ ਵੀ ਵਿਸ਼ਵਾਸ ਹੋਣਾ ਚਾਹੀਦਾ ਗੁਰੂ ਤੇ ਵੀ ਭਰੋਸਾ ਹੋਣਾ ਚਾਹੀਦਾ ਨਾਲੇ ਡਰਾਈਵਰ ਮਾਰ ਸਕਦਾ ਹੈ ਪਾਇਲਟ ਖਤਮ ਕਰ ਸਕਦਾ ਹੈ ਦੂਜੇ ਰਿਸ਼ਤਿਆਂ 'ਚੋ ਵਿਸ਼ਵਾਸ ਟੁੱਟ ਸਕਦਾ ਹੈ ਕਿ ਗੁਰੂ ਸਾਡਾ ਵਿਸ਼ਵਾਸ ਤੋੜਦਾ ਹੈ ਗੁਰੂ ਸਾਡਾ ਭਰੋਸਾ ਤੋੜਦਾ ਹੈ ਜੀ ਗੁਰੂ ਤੇ ਸਾਡਾ ਭਰੋਸਾ ਨਹੀਂ ਨਾ ਤੋੜਦਾ ਗੁਰੂ ਤੇ ਸਾਡਾ ਵਿਸ਼ਵਾਸ ਨਹੀਂ ਨਾ ਤੋੜਦਾ ਇਹ ਤਾਂ ਪੱਕਾ ਕਰਦਾ ਪੁੱਤ ਵਾਰ ਕਿਤਵੀਆਂ ਤੇ ਬਹਿ ਕੇ ਸਾਡੇ ਵਿਸ਼ਵਾਸ ਨੂੰ ਪੱਕਿਆਂ ਕਰਦਾ ਇਹ ਤਾਂ ਬਾਪੂ ਸੇਖ ਕਦਾ ਇਹਦੇ ਤੇ ਭਰੋਸਾ ਨਹੀਂ ਰਿਹਾ ਇਹਦੇ ਤੇ ਵਿਸ਼ਵਾਸ ਨਹੀਂ ਨ ਅਰਦਾਸ ਵਿੱਚ ਮੰਗਦਾ ਵੀ ਐ ਕਦੇ ਭਰੋਸਾ ਕਰੇ ਵੀ ਲੈ ਜਾ ਤੇ ਮਾਫ਼ ਕਰਨਾ ਭਰੋਸੇ ਤੋਂ ਬਿਨਾ ਸਿੱਖਾ ਤੂੰ ਆਪਣਾ ਆਪ ਗੁਰੂ ਨੂੰ ਸਮਰਪਿਤ ਕਰ ਨਹੀਂ ਸਕਦਾ ਪੰਜ ਪਿਆਰੇ ਭੱਜ ਕੇ ਛਾਲ ਮਾਰ ਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਸਾਹਮਣੇ ਖਲੋਗੇ ਕਿਉਂ ਜੀ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਹੈ ਜਿਹੜਾ ਨੰਗੀ ਤਲਵਾਰ ਲਈ ਖੜਾ ਹੈ ਨਾ ਇਹ ਜ਼ਿੰਦਗੀ ਖੋਹਦਾ ਨਹੀਂ ਇਹ ਜ਼ਿੰਦਗੀ ਜਵਾਬ ਨਹੀਂ ਆਇਆ ਜਿਹੜਾ ਨੰਗੀ ਤਲਵਾਰ ਲਈ ਸਟੇਜ ਤੇ ਖੜਾ ਹੈ ਬਾਪੂ ਜ਼ਿੰਦਗੀ ਖੋਹਦਾ ਨਹੀਂ ਇਹ ਜ਼ਿੰਦਗੀ ਦਿੰਦਾ ਭੱਜ ਕੇ ਛਾਲ ਮਾਰ ਕੇ ਚੜ ਗਏ ਉਹ ਕੀ ਬਣ ਗਏ ਸਾਡੀ ਕੌਮ ਦੇ ਪੰਜ ਉਹ ਪਿਆਰੇ ਬਣ ਗਏ ਉਹ ਭਾਈ ਦਇਆ ਸਿੰਘ ਬਣ ਗਏ ਉਹ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਘਮ ਸਿੰਘ ਤੇ ਭਾਈ ਸਾਹਿਬ ਸਿੰਘ ਬਣ ਗਏ ਭਰੋਸਾ ਪੰਡਤ ਸੌਂ ਗਏ ਕਸ਼ਮੀਰ ਦੇ ਚੁੱਪ ਕਰਕੇ ਘਰਾਂ ਦੇ ਅੰਦਰ ਵੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲੇ ਜਾ ਆਇਆ ਘਰ ਵਾਲੀਆਂ ਕਹਿੰਦੀਆਂ ਵੀ ਪਹਿਲਾਂ ਤਾਂ ਤੜਫੀ ਜਾਂਦੇ ਸੀ ਸਾਹ ਨਹੀਂ ਸੀ ਆਉਂਦਾ ਹੁਣ ਚੁੱਪ ਕਰਕੇ ਕਿਉਂ ਸੌਂ ਗਏ ਕਹਿੰਦੇ ਜਿਸ ਘਰ ਤੇ ਟੇਕ ਰੱਖੀਦਾ ਏ ਟੇਕ ਡਿੱਗਣ ਨਹੀਂ ਦਿੰਦਾ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲਈਨੀ ਹਰ ਮੇਰੀ ਜਿਸ ਤੇ ਭਰੋਸਾ ਰੱਖਿਆ ਉਹ ਵਿਸ਼ਵਾਸ ਟੁੱਟਣ ਨਹੀਂ ਦੇਵੇਗਾ ਚੁੱਪ ਕਰਕੇ ਘਰਾਂ ਚ ਸੌਂ ਗਏ ਉਹ ਕਹਿੰਦੇ ਵਿਸ਼ਵਾਸ ਟੁੱਟਣ ਥੋੜਾ ਦਿੰਦਾ ਸਾਡਾ ਤੇ ਜਿਸ ਦਿਨ ਜਿੰਨਾ ਚਿਰ ਸਾਡਾ ਭਰੋਸਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਤੇ ਨਹੀਂ ਬਣਦਾ ਨਾ ਜਿੰਨਾ ਚਿਰ ਵਿਸ਼ਵਾਸ ਇਸ ਗੁਰੂ ਤੇ ਨਹੀਂ ਬਣਦਾ ਨਾ ਮਾਫ਼ ਕਰਨਾ ਉਹਨਾਂ ਚਿਰ ਸਾਡੇ ਅੰਦਰ ਵਕਾਰ ਹਾਵੀ ਰਹਿਣਗੇ ਅਸੀਂ ਭਟਕੇ ਰਵਾਂਗੇ ਸਾਡੀ ਜ਼ਿੰਦਗੀ ਤਬਾਹ ਰਹੇਗੀ ਜਿੰਨਾ ਚਿਰ ਸਾਡਾ ਵਿਸ਼ਵਾਸ ਨਹੀਂ ਬਣਦਾ ਇਸੇ ਕਰਕੇ ਸਤ ਗੁਰ ਨੂੰ ਕੀ ਕਹੀਏ ਆਪਾਂ ਸਤ ਗੁਰ ਤੇਰੀ ਆਸਾਇਆ ਸਤ ਗੁਰ ਤੇਰੀ ਆਸਾਇਆ ਪੜੋ ਜੀ ਸਾਰੇ ਆਸਾਇਆ ਦਾ ਅਰਥ ਕੀ ਹੈ ਭਰੋਸਾ ਸਤ ਗੁਰ ਤੇਰੀ ਆਸਾਇਆ ਸਤ ਗੁਰ ਤੇਰੀ ਆਸਾਇਆ ਸਤ ਗੁਰ ਤੇਰੀ ਆਸਾਇਆ ਸਤ ਗੁਰ ਤੇਰੀ ਅਪਾ ਇਨੀ ਆਵਾਜ਼ ਚ ਬੋਲੀਏ ਵੀ ਜਿਹੜੇ ਅੱਜ ਘਰਾਂ ਚ ਸਰੀਰ ਬੈਠੇ ਨਾ ਉਹ ਆਏ ਸੋਚਣ ਵੀ ਅਸੀਂ ਕੱਲ ਵਾਲੇ ਦੀਵਾਨ ਤੋਂ ਤਾਂ ਵਾਂਝੇ ਰਹੇ ਸੀ ਅਸੀਂ ਅੱਜ ਵਾਲੇ ਤੋਂ ਵੀ ਰਹਿ ਗਏ ਸਾਨੂੰ ਉਹ ਸੰਗਤ ਚ ਜਾਣਾ ਚਾਹੀਦਾ ਇਨੀ ਆਵਾਜ਼ ਆਵੇ ਸਾਡੀ ਪੱਚੀਆਂ ਤੀਆਂ ਸਰੀਰਾਂ ਦੀ ਸਤ ਗੁਰ ਤੇਰੀ ਆਸਾਂ ਆ ਸਤ ਗੁਰ ਤੇਰੀ ਆਸਾਇਆ 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 ਸਤਿਗੁਰੂ ਸਾਨੂੰ ਆਸਰਾ ਕਿਹਦਾ ਸਤਿਗੁਰੂ ਸਾਨੂੰ ਭਰੋਸਾ ਕਿਹਦੇ ਤੇ ਹੈ ਸਤਿਗੁਰੂ ਸਾਨੂੰ ਵਿਸ਼ਵਾਸ ਕਿਹਦੇ ਤੇ ਹੈ ਤੇਰੇ ਤੇ ਹੈ ਵਿਸ਼ਵਾਸ ਤਾਂ ਕਰਦੇ ਆ ਤੂੰ ਡਿੱਗਣ ਨਹੀਂ ਦਿੰਦਾ ਡੋਲਣ ਨਹੀਂ ਦਿੰਦਾ ਫੇਟ ਨਹੀਂ ਲੱਗਣ ਦਿੰਦਾ ਤੂੰ ਆਿਆਂ ਨੂੰ ਕੀ ਕਰਦਾ ਗੱਲ ਲਾਉਣਾ ਤਾਂ ਭਰੋਸਾ ਤੇਰੇ ਤੇ ਹੈ ਤਾਂ ਵਿਸ਼ਵਾਸ ਤੇਰੇ ਤੇ ਹੈ ਗੁਰੂ ਨਾਨਕ ਸਾਹਿਬ ਦੇ ਆਸਾ ਦੇ ਵਾਰ ਦੇ ਬੜੇ ਪਿਆਰੇ ਬੋਲ ਐ ਸਿੰਮਲ ਦੇ ਦਰਖਤ ਦਾ ਨਾਂ ਸੁਣਿਆ ਕਿਸੇ ਨੇ ਸਿੰਮਲ ਦੇ ਦਰਖਤ ਦਾ ਬਾਣੀ ਚ ਆਇਆ ਜਿੱਕਰ ਕਹਿੰਦੇ ਸਿੰਮਲ ਦਾ ਦਰਖਤ ਬਹੁਤ ਉੱਚਾ ਹੁੰਦਾ ਹੈ ਮੋਟਾ ਹੁੰਦਾ ਹੈ ਵੱਡਾ ਹੁੰਦਾ ਹੈ ਪਰ ਜਦੋਂ ਪੰਛੀ ਉਹਦੇ ਤੇ ਆਉਂਦੇ ਆ ਨਾ ਆਸ ਰੱਖ ਕੇ ਉਹ ਨਿਰਾਸ਼ ਜਾਂਦੇ ਕਿਉਂ ਉਹ ਮੋਟਾ ਤੇ ਹੈਗਾ ਵੱਡਾ ਤੇ ਹੈਗਾ ਉੱਚਾ ਤੇ ਹੈਗਾ ਪਰ ਉਹਦੇ ਫਾਲ ਤੇ ਉਹਦੇ ਫੁੱਲ ਪੱਤੇ ਕਿਸੇ ਕੰਮ ਦੇ ਨਹੀਂ ਹੁੰਦੇ ਜਿਹਦੇ ਪੱਲੇ ਹੀ ਕੁਝ ਨਾ ਹੋਵੇ ਉਹਦੇ ਤੇ ਭਰੋਸਾ ਕਿਵੇਂ ਕਰ ਲੂ ਬੰਦਾ ਸਿਮਲ ਰੁਕਸਰਾਇਰਾ ਅਤ ਦੀਰਗ ਅਤ ਮੋਚ ਓਏ ਜੇ ਆਵੇਂ ਆਸ ਕਰ ਜਾਹੇ ਨਰਾਸ਼ੇ ਕਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇਂ ਪੱਤ ਨਾ ਫਲ ਕਿਸੇ ਕੰਮ ਦੇ ਨਾ ਪੱਤੇ ਕਿਸੇ ਕੰਮ ਦੇ ਹੈ ਭਰੋਸਾ ਕਿਹਦੀ ਤੇ ਕਰਦਾ ਬੰਦਾ ਜਿਹਦੇ ਤੇ ਆਸ ਹੈ ਵੀ ਹਾਂ ਮਿਲੇਗਾ ਕੁਝੋ ਇਹ ਸਮੱਸਿਆ ਆਪਾਂ ਦਵਾਈ ਕਿਹੜੇ ਡਾਕਟਰ ਤੋਂ ਲੈਣੇ ਆ ਜੀ ਬਹੁਤ ਲੋਕੀ ਦੱਸ ਪਾਉਂਦੇ ਐ ਕਿਹਦੇ ਕਿਹਦੇ ਤੋਂ ਦਵਾਈ ਲੈਣ ਜਾਂਦੇ ਆਪਾਂ ਕੀ ਜੇ ਤੋਂ ਵੀ ਪਤਾ ਹੈ ਵੀ ਇਹਦੇ ਕੋਲੇ ਜੇ ਜਾਵਾਂਗੇ ਨਾ ਸਾਡਾ ਇਲਾਜ ਅੱਛਾ ਜਿਹੜੇ ਡਾਕਟਰ ਤੇ ਵਿਸ਼ਵਾਸ ਨਹੀਂ ਹੁੰਦਾ ਬੰਦਾ ਘਰੋਂ ਦਵਾਈ ਲੈਣ ਜਾਂਦਾ ਉਹਦੇ ਕੋਲੋਂ ਨਹੀਂ ਜਾਂਦਾ ਨਾ ਨਹੀਂ ਜਾਂਦਾ ਨਾ ਵੀ ਮਾਰ ਹੀ ਨਾ ਦੇਵੇ ਕਦੇ ਕਦੇ ਨੁਕਸਾਨ ਹੀ ਨਾ ਕਰ ਦੇ ਸਾਡਾ ਨਹੀਂ ਦਵਾਈ ਲੈਣ ਜਾਂਦਾ ਨਾ ਬੰਦਾ ਭਰੋਸਾ ਵਿਸ਼ਵਾਸ ਅਸੀਂ ਤਾਂ ਹੀ ਇਵੇਂ ਸਾਡਾ ਬਾਪੂ ਅਸੀਂ ਕਿਉਂ ਆਨੇ ਆ ਕਿਉਂਕਿ ਸਾਨੂੰ ਭਰੋਸਾ ਹੈ ਜਿਨ੍ਹਾਂ ਨੂੰ ਨਹੀਂ ਹੈਗਾ ਉਹਨਾਂ ਨੂੰ ਬਾਣੀ ਕੀ ਕਹਿੰਦੀ ਹੈ ਵੀ ਰੱਖ ਭਰੋਸਾ ਡੱਗ ਮਗ ਛਾ ਡਰੇ ਮਨ ਬੌਰਾ ਮਨ ਬੌਰੇ ਦਾ ਅਰਥ ਪਾਗਲਾ ਭਰੋਸਾ ਕਰ ਡੱਗ ਮਗ ਛਾ ਡਰੇ ਮਨ ਬੌਰਾ ਅਬ ਤੋ ਜਰੇ ਮਰੇ ਸਿੱਧ ਪਾਈਐ ਲੀਨੋ ਹੱਥ ਸੰਧੋਰਾ ਰੇ ਮਨ ਦੀ ਘਨਾ ਢੋਲੀ ਐ ਸਿੱਧਾ ਮਾਰਗ ਧਾਓ ਡੋਲਣਾ ਛੱਡ ਕੇ ਗੁਰੂ ਦੇ ਰਾਹ ਤੁਰਪਾ ਜੀਨੇ ਬੱਚੇ ਨਾਲ ਕੋਏ ਉਹਦੇ ਤੇ ਤੇ ਵਿਸ਼ਵਾਸ ਹੋਣਾ ਚਾਹੀਦਾ ਕਿ ਨਹੀਂ ਜਿਹੜਾ ਬਗਦਾਦ ਤਲੰਬੇ ਮੱਕੇ ਕਿੱਥੇ ਕਿੱਥੇ ਜਾ ਕੇ ਗੁਰੂ ਨਾਨਕ ਸਾਹਿਬ ਸਾਡੇ ਲਈ ਪ੍ਰਚਾਰ ਕਰਦੇ ਰਹੇ ਉਹਦੇ ਤੇ ਤਾਂ ਸਿੱਖ ਦਾ ਵਿਸ਼ਵਾਸ ਹੋਣਾ ਚਾਹੀਦਾ ਕਿ ਨਹੀਂ ਜਿਹੜਾ ਤਵੀ ਤੇ ਬਹਿ ਗਿਆ ਉਹਦੇ ਤੇ ਤਾਂ ਹੋਣਾ ਚਾਹੀਦਾ ਸਤ ਗੁਰ ਤੇਰੀ ਆਸ ਆਇਆ ਸਤ ਗੁਰ ਤੇਰੀ ਆਸ ਆਇਆ ਪੜੋ ਜੀ ਸਤ ਗੁਰ ਤੇਰੀ ਆਸ ਆਇਆ ਸਤ ਗੁਰ ਤੇਰੀ ਆ ਸਤ ਗੁਰ ਤੇਰੀ ਆਸ ਆਇਆ ਸਤ ਗੁਰ ਤੇਰੀ ਆਸ ਸਤ ਗੁਰ ਤੇਰੀ ਆਸ ਆਇਆ ਸਤ ਗੁਰ ਤੇਰੀ ਬਸਾ ਪਰੋਸਾ ਤੇਰੇ ਤੇ ਆ ਪਤਤ ਪਾਵਣ ਤੇਰੋ ਨਾਮ ਪਾਰ ਬ੍ਰਹਮ ਮੈਂ ਇਹਾ ਓਟਾਇਆ ਮੈਨੂੰ ਆਸਰਾ ਪਤਾ ਭਰੋਸਾ ਕਿਉਂ ਆ ਪਤਤ ਪਾਵਣ ਤੇਰੋ ਨਾਮ ਪਾਰ ਬ੍ਰਹਮ ਜਿਹੜਾ ਤੇਰਾ ਨਾਮ ਆ ਨਾ ਪਤਤ ਪਾਵਣ ਤੇਰਾ ਪਵਿੱਤਰ ਨਾਮ ਮੇਰੇ ਅੰਦਰਲੀ ਗੰਦਕੀ ਨੂੰ ਸਾਫ ਕਰ ਦਿੰਦਾ ਮੈਂ ਇਹਾ ਓਟਾਇਆ ਮੈਨੂੰ ਤੇਰਾ ਇਸ ਲਈ ਆਸਰਾ ਹੈ ਕਿਉਂਕਿ ਤੇਰੀ ਦਵਾਈ ਤੇਰੇ ਇਸ ਸ਼ਬਦ ਨਾਲ ਮੇਰਾ ਅੰਦਰ ਧੋਤਾ ਜਾਂਦਾ ਹੈ ਮਨ ਧੋਵੋ ਸ਼ਬਦ ਲਾਗੋ ਸਰੀਰ ਧੋਣ ਬਾਰੇ ਕਿੰਨੇ ਸ਼ੈਂਪੂ ਆ ਗਏ ਕਿੰਨੇ ਪ੍ਰਕਾਰ ਦੀਆਂ ਚੀਜ਼ਾਂ ਆ ਗਈਆਂ ਅੱਛਾ ਮਾਰਕੀਟ ਵਿੱਚ ਕੋਈ ਇਦਾਂ ਦੀ ਚੀਜ਼ ਮਿਲੀ ਹੈ ਜਿਨੇ ਮਨ ਧੋਣਾ ਲੈ ਜਾਓ ਕੱਪੜੇ ਧੋਣ ਦੀ ਸਰਫ ਦੀਆਂ ਕਿੰਨੀਆਂ ਮਸ਼ਹੂਰਾਂ ਆਉਂਦੀਆਂ ਪਹਿਣਾ ਬੈਠੀਆਂ ਹੈ ਮਨ ਤੋਂ ਨਾਲੀ ਸਿਰਫ ਹੈਗੀ ਕਿਸੇ ਕੋਲੇ ਕੱਪੜਿਆਂ ਦੀ ਕਿੰਨੀਆਂ ਮਸ਼ਹੂਰੀਆਂ ਸਾਡੀਆਂ ਦੁਨਿਆਵੀ ਮਨ ਨੂੰ ਸਾਫ਼ ਕਰਨ ਵਾਲੀ ਦਾਤ ਕਿਹਦੇ ਕੋਲੇ ਆ ਜੀ ਮਨ ਕੌਣ ਸਾਫ਼ ਕਰਦਾ ਹੈ ਮੂਤ ਪਲੀਤੀ ਕੱਪੜ ਹੋਏ ਜੇ ਕੱਪੜੇ ਮਲੇ ਹੋ ਜਾਣ ਕਾਹਦੇ ਨਾਲ ਤੋਂ ਲੈਨੇ ਆਪਾਂ ਦੇ ਸਬੂਨ ਲਈਏ ਉਹ ਧੋਏ ਭਰਿਆ ਮਤ ਪਾਪਾਂ ਕੈ ਸੰਗ ਉਹ ਕਾਦੇ ਨਾ ਧੋਨੇ ਆ ਮਾਵਾਂ ਬੈਠੀਆਂ ਜਪਜੀ ਸਾਹਿਬ ਪੜਦੇ ਆ ਨਾ ਉਹ ਧੋਪੈ ਨਾਮੈ ਕ ਰੰਗ ਮਨ ਦੀ ਮੈਲ ਕਾਦੇ ਨਾ ਲਾਉਨੇ ਆਪਾਂ ਨਾਮ ਨਾਲ ਗੁਰੂ ਦੀ ਯਾਦ ਨਾ ਲਾਉਨੇ ਆਪਾਂ ਉਹਨੂੰ ਯਾਦ ਕਰ ਕਰਕੇ ਗੁਰੂ ਦੀ ਸ਼ਹਾਦਤ ਵੇਖ ਕੇ ਗੁਰੂ ਦੀ ਸਿੱਖਿਆ ਨੂੰ ਚੇਤੇ ਕਰ ਕਰਕੇ ਸਾਡੇ ਅੰਦਰਲੀ ਮੈਲ ਲੈ ਜਾਂਦੀ ਹੈ ਇਸ ਲਈ ਭਰੋਸਾ ਹੈ ਜਿਹੜਾ ਕੰਮ ਤੂੰ ਕਰ ਦੇਣਾ ਦਾਤਿਆ ਹੋਰ ਕਿਸੇ ਤੋਂ ਨਹੀਂ ਹੋਣਾ ਜਿਹੜੇ ਜਿਹੜਾ ਕੁਝ ਤੇਥੋਂ ਮਿਲਦਾ ਹੋਰ ਨਹੀਂ ਮਿਲਣਾ ਕਿਸੇ ਤੋਂ ਦਾਤਿਆ ਸੋਫਾ ਸੈੱਟ ਲਿਆਵਾਂਗੇ ਭਾਂਡਿਆਂ ਦਾ ਸੈੱਟ ਲਿਆਵਾਂਗੇ ਪਰ ਸਾਨੂੰ ਸੈੱਟ ਕੌਣ ਕਰੂ ਤੇਰੇ ਤੋਂ ਬਿਨਾ ਬਾਕੀ ਤੇ ਸਾਰੇ ਸੈੱਟ ਇਕੱਠੇ ਕਰ ਲਾਂਗੇ ਪਰ ਸਾਨੂੰ ਸੈੱਟ ਕਰਨ ਵਾਲਾ ਤੇ ਤੂੰ ਹੀ ਆ ਦਾਤਿਆ ਭੁੱਲੇ ਮਾਰਗ ਜਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਜਿਹੜਾ ਭੁੱਲਿਆਂ ਨੂੰ ਰਾਹ ਦਿੰਦਾ ਉਹ ਇਹੀ ਗੁਰੂ ਹੈ ਗੁਰ ਪੂਰਾ ਮੇਰੀ ਰਾਖ ਲਈ ਅਮਰਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਇਹ ਇਹ ਧੋਂਦਾ ਸਾਡੇ ਅੰਦਰ ਨੂੰ ਮਨ ਮੈਲਾ ਜੇ ਮਨ ਮੈਲਾ ਹੋ ਜੇ ਬਾਪੂ ਕਹਿੰਦਾ ਮਨ ਮੈਲਾ ਸਭ ਕਿਸ ਮੈਲਾ ਤਨ ਧੋਤੇ ਮਨ ਹੱਸ਼ਾ ਨਾ ਹੋਈ ਜੇ ਮਨ ਮੈਲਾ ਫਿਰ ਅੱਖਾਂ ਵੀ ਮੈਲੀਆਂ ਹੱਥ ਵੀ ਮੈਲੇ ਪੈਰ ਸਾਰਾ ਸਰੀਰ ਮੈਲਾ ਆ ਕਿਵੇਂ ਮੈਲਾ ਨਾ ਅੱਖਾਂ ਰਾਹੀਂ ਕੁਝ ਚੰਗਾ ਵੇਖ ਸਕਦੇ ਆ ਤੇ ਨਾ ਕੰਨਾਂ ਰਾਹੀਂ ਕੁਝ ਚੰਗਾ ਸੁਣ ਸਕਦੇ ਆ ਜੇ ਮਨ ਖੋਟਾ ਆ ਮਨ ਚ ਮੈਲ ਆ ਮਨ ਦੀ ਮੈਲ ਕੌਣ ਸਾਫ਼ ਕਰਦਾ ਮਨ ਦੀ ਮੈਲ ਕੌਣ ਸਾਫ਼ ਕਰਦਾ ਜੀ ਗੁਰਬਾਣੀ ਦੁਆਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਇਹ ਬਾਣੀ ਦੁਆਰਾ ਮਸਲੇ ਹੱਲ ਹੋਣੇ ਸਾਡੇ ਇੱਥੇ ਆਉਣਾ ਨਹੀਂ ਆਪਾਂ ਬਹਿਣਾ ਨਹੀਂ ਆਪਾਂ ਗੁਰੂ ਕੋਲੇ ਆ ਕੇ ਮੇਰੀਆਂ ਮਾਵਾਂ ਬੈਠੀਆਂ ਜਦੋਂ ਨਿਆਣੇ ਨੂੰ ਚਾਰਕ ਵਾਰ ਆਵਾਜ਼ ਮਾਰਦੇ ਤੁਸੀਂ ਪੁੱਤ ਆ ਜਾ ਜੇ ਨਿਆਣਾ ਨਾ ਆਵੇ ਗੁੱਸਾ じゃ ਤ ਆ ਜਾਂਦਾ ਹੋਣਾ ਭੈਣਾਂ ਰੋਟੀ ਖਾਲਾ ਪੁੱਤ ਤੇ ਇਸ ਤੋਂ ਬਾਅਦ ਚ ਗਾਲਾਂ ਦੀ ਬਰਸਾਤ ਹੋਣੀ ਸ਼ੁਰੂ ਹੋ ਜਾਂਦੀ ਵੀ ਕੁੱਤਿਆ ਫਲਾਨਿਆਂ ਟਿਉਂਕਿਆ ਤੂੰ ਆਉਂਦਾ ਨਹੀਂ ਭਾਵੇਂ ਕਿ ਪਿਆਰ ਨਾਲ ਹੀ ਕੱਢਦੀਆਂ ਮਾਵਾ ਪਰ ਗੁੱਸਾ ਤਾਂ ਆ ਜਾਂਦਾ ਸਾਡੇ ਆਖੇ ਨਹੀਂ ਲੱਗਦਾ ਇੱਥੇ ਭਾਈ ਸਾਹਿਬ ਗ੍ਰੰਤੀ ਸਿੰਘ ਬੈਠੇ ਨੇ ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋਣੇ ਆਨੰਦ ਸਾਹਿਬ ਦੀ ਬਾਣੀ ਉੱਥੇ ਗੁਰੂ ਅਮਰਦਾਸ ਮਹਾਰਾਜ ਦੇ ਬੋਲ ਆਉਂਦੇ ਆ ਆ ਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਗੁਰੂ ਦੇ ਪਿਆਰਿਓ ਆ ਜਾਓ ਬਾਣੀ ਗਾਓ ਅਛਾ ਕਿੰਨੇ ਸਾਲਾਂ ਤੋਂ ਆਵਾਜ਼ ਕੰਨਾਂ 'ਚ ਪੈ ਰਹੀ ਹੈ ਜੀ ਇਹ ਤੇ ਗੁਰੂ ਪਿਆਰਿਓ ਸ਼ਬਦ ਵਰਤਦਾ ਪੁਰਾ ਤਾਂ ਨਹੀਂ ਕਿਹਾ ਗੁਰੂ ਨੇ ਗੁੱਸੇ 'ਚ ਤਾਂ ਨਹੀਂ ਕਿਹਾ ਮਾੜਾ ਸ਼ਬਦ ਤਾਂ ਨਹੀਂ ਵਰਤਿਆ ਗੁਰੂ ਨੇ 20 ਸਾਲ ਹੋ ਗਏ ਗੁਰਦੁਆਰਾ ਸਾਹਿਬ 40 ਸਾਲ ਹੋ ਗਏ ਪਿੰਡ 'ਚ ਗੁਰਦੁਆਰਾ ਸਾਹਿਬ ਬਣਿਆ ਲਬਜ ਪਿਆਰਿਓ ਹੀ ਆਉਂਦਾ ਵੀ ਆ ਜਾਓ ਆ ਜਾਓ ਹੱਲ ਇੱਥੇ ਹੋਣਾ ਥੋਡੀ ਹੌਮੇ ਇੱਥੇ ਆ ਕੇ ਮਰਨੀ ਆ। ਤੁਹਾਡੇ ਅੰਦਰਲੀ ਗੰਦ ਕੀ ਇੱਥੇ ਧੋਤੀ ਜਾਣੀ ਇਹ ਦਰਬਾਰ ਦੇ ਅੰਦਰ ਇਤੋਂ ਵੱਡਾ ਦਰਬਾਰ ਦੁਨੀਆ ਤੇ ਕੋਈ ਨਹੀਂ ਹੈਗਾ। ਇੱਥੋਂ ਜਿੰਨਾ ਮਨ ਸ਼ਾਂਤ ਨਾ ਟੀਵੀ ਨੇ ਕਰਨਾ ਨਾ ਨੱਚਣ ਗਾਉਣ ਨੇ ਕਰਨਾ ਇਹਨੇ ਇਹਨੇ ਟਕਾ ਦੇਣਾ ਸਾਨੂੰ। ਇਸੇ ਕਰਕੇ ਅੱਜ ਪੰਜਾਬੀਆਂ ਨੇ ਸਾਰਾ ਕੁਝ ਇਕੱਠਾ ਕਰ ਲਿਆ ਪਰ ਕੀ ਨਹੀਂ ਹੈਗਾ ਸਾਡੇ ਕੋਲੇ ਟਕਾ ਹੈ ਨਹੀਂ। ਆਨੰਦ ਹੈ ਨਹੀਂ। ਨਾ ਕੋਠੀਆਂ ਦੀ ਘਾਟ ਰਹੀ ਨਾ ਪੈਸੇ ਦੀ ਨਹੀਂ ਨਾ ਗੱਡੀਆਂ ਦੀ ਘਾਟ ਕਾਦੀ ਆ ਜੀ ਕਾਦੀ ਘਾਟ ਹੈ ਜੀ ਗੁਰ ਕੀ ਮੱਤ ਤੂੰ ਲੈ ਆਣੇ ਸੁਖਮਨੀ ਸਾਹਿਬ ਪੜ੍ਹਦੀ ਹੋਣੀਆਂ ਮਾਵਾ ਮੇਰੀਆਂ ਗੁਰ ਕੀ ਮੱਤ ਤੂੰ ਲੈ ਆਣੇ ਭਗਤ ਬਿਣਾ ਬੋ ਡੂਬੇ ਸਿਆਣੇ ਘਾਟ ਕਾਦੀ ਹੈ ਮੱਤ ਦੀ ਘਾਟ ਹੈ ਸਮਝ ਦੀ ਘਾਟ ਹੈ ਗਿਆਨ ਦੀ ਘਾਟ ਹੈ ਇਹ ਤਾਂ ਗੁਰੂ ਤੋਂ ਹੀ ਮਿਲਣਾ ਗੁਰਬੈਨ ਕੋਰ ਅੰਧਾਰ ਗੁਰੂ ਬੈਨ ਸਮਝ ਨਾ ਆਵੇ ਗੁਰੂ ਤੋਂ ਬਿਨਾ ਸੋਝੀ ਨਹੀਂ ਆ ਸਕਦੀ ਗੁਰੂ ਤੋਂ ਬਿਨਾ ਗੱਲ ਨਹੀਂ ਨਾ ਬਾਨੀ ਇਸੇ ਕਰਕੇ ਗਰਬਾਣੀ ਗੁਰੂ ਦੀ ਗੋਦ ਵਿੱਚ ਬਹਿ ਕੇ ਹਰ ਮਸਲਾ ਹੱਲ ਹੈ ਮੈਨੂੰ ਨਾ ਇੱਕ ਕਹਾਣੀ ਯਾਦ ਆਈ ਕਹਿੰਦੇ ਇੱਕ ਬਜ਼ੁਰਗ ਦੇ ਨਾਲ ਨਾ ਬਾਪ ਦੇ ਨਾਲ ਇੱਕ ਬੱਚਾ ਤੁਰਿਆ ਜਾਏ ਛੋਟਾ ਜਿਹਾ ਬੱਚਾ ਮੇਲੇ ਵਿੱਚ ਦੀ ਲੰਘ ਰਹੇ ਸੀ ਤੇ ਛੋਟਾ ਜਿਹਾ ਨਿਆਣਾ ਆਪਣੇ ਬਾਪੂ ਨੂੰ ਕਹਿਣ ਲੱਗਾ ਵੀ ਬਾਪੂ ਮੈਂ ਕੁਝ ਖਾਣਾ ਆ ਪਕੌੜੇ ਵਗੈਰਾ ਖਵਾ ਮੈਨੂੰ ਉਹ ਕਹਿੰਦਾ ਪੁੱਤ ਬੇਬੇ ਡਿੱਕੀ ਜਾਂਦੀ ਤੇਰੀ ਸੂਰਜ ਛਿਪ ਜਾਣਾ ਗਾਲਾਂ ਲਾਵਾਂਗੇ ਦੋਨੇ ਜਣੇ ਆਪਾਂ ਚੱਲਾਪਾ ਟਾਈਮ ਨਾ ਘਰੇ ਚਲੀਏ ਕਹਿੰਦਾ ਬਾਪੂ ਚੱਲ ਜੇ ਪਕੌੜੇ ਨਹੀਂ ਤਾਂ ਗੁਬਾਰਾ ਹੀ ਲੈ ਦੇ ਦੋ ਕਹਿੰਦਾ ਯਾਰ ਕਿਉਂ ਪੈਸੇ ਜੇ ਵਿੱਚ ਪੂਰੇ ਪੂਰੇ ਆ ਮੈਂ ਨਹੀਂ ਲੈ ਕੇ ਦੇਣ ਤੇ ਕਹਿੰਦਾ ਚੱਲ ਬਾਪੂ ਇਦਾਂ ਕਰੋ ਇੱਕ ਕਾਰ ਹੀ ਲੈਦਾ ਯਾਰ ਮੈਂ ਖੇਡਦਿਆਂ ਕਰੂੰ ਘਰੇ ਜਾ ਕੇ ਹੋਂਦਾ ਬੇਵਕੂਫਾ ਮੈਂ ਤੈਨੂੰ ਕਹਤਾ ਨਾ ਤੇਰੇ ਕੋਟ ਪਊ ਨਾ ਤੇ ਇਹਨੂੰ ਕਾਰ ਮਿਲਣੀ ਐ ਨਾ ਤੇ ਇਹਨੂੰ ਗੁਬਾਰਾ ਮਿਲਣਾ ਐ ਨਾ ਤੇ ਇਹਨੂੰ ਕੁਝ ਖਵਾਣਾ ਚੁੱਪ ਕਰਕੇ ਸਿੱਧਾ ਹੋ ਕੇ ਤੁਰਿਆ ਜਾ ਘਰ ਨੂੰ ਮੇਲੇ ਚੋਂ ਲੰਘਦਿਆਂ ਲੰਘਦਿਆਂ ਨਾ ਪੁੱਤ ਦੀ ਉਂਗਲ ਬਾਪੂ ਨਾਲ ਛੁੱਟ ਗਈ ਹੁਣ ਇਹ ਕਹਾਣੀ ਨਹੀਂ ਕੋਈ ਸਾਡੇ ਤੇ ਲਾਗੂ ਹੁੰਦਾ ਇਹ ਸੱਚ ਮੇਲੇ ਮੂਲੇ ਦੀ ਗੱਲ ਕੋਈ ਨਹੀਂ ਇਹਦੇ ਚ ਇਹ ਸੱਚ ਸਾਡੇ ਤੇ ਲਾਗੂ ਹੁੰਦਾ ਆਪਣੇ ਮਨਾਂ ਚ ਝਾਤ ਮਾਰਿਓ ਵੀ ਸਾਡਾ ਹਾਲ ਉਹ ਨਿਆਣੇ ਵਰਗਾ ਨਹੀਂ ਹੈਗਾ ਜਦੋਂ ਉਂਗਲ ਛੱਡੀ ਨਾ ਬਾਪੂ ਗਾ ਤੇ ਭੀੜ ਚ ਗਾਂ ਲੰਘਿਆ ਨਿਆਣਾ ਰਹਿ ਗਿਆ ਪਿੱਛੇ ਰੋਈ ਜਾਵੇ ਪਾਸੇ ਤੇ ਖੜਾ ਕਿਸੇ ਬਜ਼ੁਰਗ ਨੇ ਆ ਕੇ ਵੇਖਿਆ ਤੇ ਕਹਿਣ ਲੱਗਾ ਪੁੱਤਰਾ ਵੀ ਆ ਗੁਬਾਰਾ ਲੈ ਦਿਆਂ ਤੈਨੂੰ ਕਹਿੰਦਾ ਮੈਂ ਤਾਂ ਨਹੀਂ ਲੈਣਾ ਗੁਬਾਰਾ ਕਹਿੰਦਾ ਆ ਯਾਰ ਖਵਾ ਦਈਏ ਤੈਨੂੰ ਕੁਝ ਪਕੌੜੇ ਆਂਦਾ ਨਾ ਕਹਿੰਦਾ ਚੱਲ ਖੜਾਉਣਾ ਲੈ ਲਾ ਕਹਿੰਦਾ ਨਾ ਕਹਿੰਦਾ ਪੁੱਤ ਹੁਣ ਤੀ ਤੂੰ ਘੰਟਾ ਪਹਿਲਾਂ ਰੌਲਾ ਪਾਇਆ ਸੀ ਬਾਜ਼ਾਰ 'ਚ ਹੁਣ ਤੈਨੂੰ ਇਹ ਚੀਜ਼ਾਂ ਲੈ ਕੇ ਵੀ ਦੇ ਰਿਆਂ ਤੂੰ ਤਾਂ ਵੀ ਨਹੀਂ ਲੈ ਰਿਆ ਨਾ ਤੈਨੂੰ ਗੁਵਾਰਾ ਚਾਹੀਦਾ ਨਾ ਤੈਨੂੰ ਖੜਾਉਣੇ ਚਾਹੀਦੇ ਆ ਨਾ ਤੂੰ ਕੁਝ ਖਾਣਾ ਤੈਨੂੰ ਚਾਹੀਦਾ ਕੀ ਐ ਕਹਿੰਦਾ ਮੈਨੂੰ ਮੇਰਾ ਬਾਪੂ ਚਾਹੀਦਾ ਕਹਿੰਦਾ ਬਾਪੂ ਕਿਉਂ ਚਾਹੀਦਾ ਕਹਿੰਦਾ ਉਹ ਤੋਂ ਬਿਨਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਬਾਪੂ ਦੀ ਉਂਗਲ ਫੜੀ ਐ ਮੈਨੂੰ ਪਕੌੜੇ ਖਾਣ ਨੂੰ ਵੀ ਧਿਲ ਕਰਦਾ ਮੇਰਾ ਗੁਬਾਰੇ ਫੜਨ ਨੂੰ ਵੀ ਧਿਲ ਕਰਦਾ ਪਰ ਉਹਦੀ ਉਂਗਲ ਛੱਡ ਕੇ ਮੈਂ ਕਹਿੰਦਾ ਮੈਨੂੰ ਉਹ ਮਿਲ ਜਾਏ ਉਹ ਤੋਂ ਬਿਨਾ ਮੈਨੂੰ ਕੁਝ ਨਹੀਂ ਚਾਹੀਦਾ ਆਂਦਾ ਜੀ ਸਾਰਾ ਕੁਝ ਇਕੱਠਾ ਵੀ ਕਰ ਲਵਾਂਗਾ ਨਾ ਤਾਂ ਵੀ ਮੈਂ ਰੋਣੋਂ ਨਹੀਂ ਹਟਣਾ ਕਿਉਂਕਿ ਬਾਪ ਦੀ ਘਾਟ ਰੜਕਦੀ ਰਹਿਣੀ ਜਿਹੜਾ ਆਸਰਾ ਉਹਨੇ ਦੇ ਦੇਣਾ ਨਾ ਉਹ ਆਸਰਾ ਇਨ੍ਹਾਂ ਚੀਜ਼ਾਂ ਚੋਂ ਨਹੀਂ ਮਿਲਣਾ ਹੁਣ ਉਸ ਨਿਆਣੇ ਦੀ ਜਗ੍ਹਾ ਆਪਾਂ ਲੈ ਕੇ ਆਈਏ ਆਪਣੇ ਆਪ ਨੂੰ ਉਂਗਲ ਆਪਾਂ ਦਿੱਤੀ ਬਾਪੂ ਦੀ ਕੀ ਕੀਤੀ ਆ ਜੀ ਉਂਗਲ ਆਪਾਂ ਦਿੱਤੀ ਬਾਪੂ ਦੀ ਛੱਡ ਤੇ ਅਸੀਂ ਹੱਸਦੇ ਆਂ ਕਿ ਰੋਂਦੇ ਆਂ ਅਸੀਂ ਭੰਗੜੇ ਪਾਉਣਦੇ ਆਂ ਬਾਪੂ ਗਾਂ ਲਾਂਗਿਆ ਸ਼ੁਕਰਾ ਖੜਾ ਛੱਡਿਆ ਉਹ ਨਿਆਣਾ ਰੋਂਦਾ ਉਂਗਲ ਛੱਡ ਕੇ ਅਸੀਂ ਹੱਸਦੇ ਆਂ ਤੇ ਮਾਪ ਕਰਨਾ ਇੱਕ ਬਾਪ ਤੋਂ ਬਿਨਾ ਮਾਂ ਤੋਂ ਬਿਨਾ ਔਲਾਦ ਖੁਸ਼ ਰਹਿ ਸਕਦੀ ਏ ਸਾਨੂੰ ਕੋ ਰੋਟੀ ਦੇਵੇਗਾ ਆਸਰਾ ਬਣੇਗਾ ਸਾਡਾ ਜਿਹੜੇ ਫਰਜ਼ ਮਾਂ ਨੇ ਨਿਭਾ ਦੇਣੇ ਆ ਕੋਈ ਦੂਜਾ ਨਿਭਾ ਸਕਦਾ ਕਦੀ ਨਹੀਂ ਨਭਈ ਦਾਣੇ ਤੇ ਜਿਹੜੀ ਗੱਲ ਗੁਰੂ ਨੇ ਸਿਖਾ ਦੇਣੀ ਉਹ ਦੂਜੇ ਨਹੀਂ ਸਿਖਾ ਸਕਦੇ ਜਿਹੜਾ ਆਸਰਾ ਗੁਰੂ ਨੇ ਦੇਣਾ ਉਹ ਦੂਜਿਆਂ ਨੇ ਥੋੜਾ ਦੇ ਸਕਣਾ ਜਿਹੜੀ ਜੀਵਨ ਜਾਂਚ ਜਿਹੜਾ ਸਿੱਧਕ ਭਰੋਸਾ ਸਾਡੇ ਗੁਰੂ ਨੇ ਜਿਹੜਾ ਟਿਕਾ ਸ਼ਾਂਤੀ ਗੁਰੂ ਨੇ ਦੇਣੀ ਹੈ ਉਹ ਦੂਜਾ ਕਿੱਥੋਂ ਦੇ ਦੇਗਾ ਜੀ ਨਹੀਂ ਦਿੱਤਾ ਜਾਣਾ ਗੁਰੂ ਦੀ ਲੋੜ ਹੈ ਉਂਗਲ ਛੱਡ ਕੇ ਰੋਣ ਦੀ بجائے ਹੱਸਣ ਡਏ ਆ ਅੰਦਰੋਂ ਮੱਚੇ ਹੋਏ ਆ ਸੜੇ ਹੋਏ ਆ ਇਹ ਇਹ ਹਾਲਤ ਹੈ ਸਾਡੀ ਇਸੇ ਕਰਕੇ ਬਾਣੀ ਗੁਰੂ ਤੋਂ ਬਿਨਾ ਸਤਗੁਰ ਜੀ ਕਹਿੰਦੇ ਤੇਰੀ ਜ਼ਿੰਦਗੀ ਨੂੰ ਆਨੰਦ ਨਹੀਂ ਆਉਣਾ ਤੇਰੀ ਜ਼ਿੰਦਗੀ ਚ ਕੋਈ ਟਿਕਾ ਨਹੀਂ ਆਉਣਾ ਬੰਦਿਆ ਬਿਨ ਨਾਮੈ ਮਨ ਟੇਕ ਨਾ ਟਿਕਈ ਨਾਮ ਤੋਂ ਬਿਨਾ ਮਨ ਨਹੀਂ ਟਿਕਦਾ ਮਨ ਕਿੱਥੋਂ ਟਿਕ ਜਾਏਗਾ 24 ਘੰਟੇ ਨਿੰਦਿਆ ਕਰਨੀ ਮਨ ਟਿਕਜੂ ਬੰਦੇ ਦਾ 24 ਘੰਟੇ ਲੋਕਾਂ ਦੇ ਘਰਾਂ ਚ ਅੱਗਾਂ ਲਾਉਣ ਦੀਆਂ ਸਕੀਮਾਂ ਲਾਈ ਜਾਣੀਆਂ ਮਨ ਟਿਕਜੂ ਸਾਡਾ ਬੇਨਾਂਵੇਂ ਮਨ ᱴੇਕ ਨਾ ਟਿਕਈ ਨਾਨਕ ਭੂਖ ਨਾ ਜਾਈ ਤੇ ਪਹਿਲੇ ਬੰਦ ਚ ਗੁਰੂ ਅਰਧਨ ਸਾਹਿਬਤਾ ਕੀ ਕਹਿੰਦੇ ਕਹਿੰਦੇ ਪਿਆਰਿਆ ਤੇਰੇ ਚ ਨਾ ਇੱਕ ਕਮੀ ਹੈ ਗੁਰੂ ਦੱਸ ਸਕਦਾ ਜਾਣੀ ਜਾਨ ਸਾਡੇ ਅੰਦਰਲੀ ਜਾਣਦਾ ਕਹਿੰਦੇ ਸਿੱਖਾ ਤੇਰੇ ਚ ਇੱਕ ਕਮੀ ਆ ਬਹੁਤ ਵੱਡੀ ਆਪਾਂ ਸਾਰੇ ਪੁੱਛੀਏ ਵੀ ਮਹਾਰਾਜ ਸਾਡੇ ਚ ਸਭ ਤੋਂ ਵੱਡੀ ਕਮੀ ਕਿਹੜੀ ਐ ਉਦਾਂ ਤਾਂ ਲੋਕਾਂ ਨੂੰ ਬਹੁਤ ਦੱਸ ਦਿਆਂ ਬਹੁਤ ਕਮੀਆਂ ਹੈਵ ਨਹੀਂ ਕਈਆਂ ਨੂੰ ਐਵੇਂ ਦਸੀ ਜਾਂਦੀਆਂ ਪਰ ਤੂੰ ਜੋ ਦੱਸੇਗਾ ਉਹ ਸੱਚ ਦੱਸੇਗਾ ਇੱਕ ਨਕਲੀ ਵੈਦ ਹੁੰਦਾ ਇੱਕ ਕਿਹੜਾ ਹੁੰਦਾ ਹੈ ਜੀ ਅਸਲੀ ਜਿਹੜੀ ਗੱਲ ਅਸਲੀ ਨੇ ਦੱਸ ਦੇਣੀ ਉਹ ਨਕਲੀ ਦੱਸ ਸਕਦਾ ਅਸਲੀ ਵੈਦ ਆ ਸਾਡਾ ਆਪਾਂ ਬਾਪੂ ਤੋਂ ਪੁੱਛੀਏ ਵੀ ਮਹਾਰਾਜ ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡੀ ਕਮਜ਼ੋਰੀ ਕਿਹੜੀ ਹੈ ਸਾਡੀ ਸਾਡੀ ਜ਼ਿੰਦਗੀ 'ਚ ਸਭ ਤੋਂ ਵੱਡੀ ਘਾਟ ਸਾਡੀ ਜ਼ਿੰਦਗੀ 'ਚ ਕਿਹੜੀ ਹੈ ਪੁੱਛੀਏ ਆਪਾਂ ਗੁਰੂ ਸਾਹਿਬ ਤੋਂ ਮਹਾਰਾਜ ਉਗਣ ਤਾਂ ਬਹੁਤ ਹੈ ਪਰ ਵੱਡੇ ਉਗਣ ਕਿਹੜੇ ਆ ਸਾਡੇ ਚ ਮੈਂ ਤੁੱਕ ਪੜ ਨਹੀਂ ਪਿੱਛੇ ਪਿੱਛੇ ਤੁਸੀਂ ਬੋਲਿਓ ਉਸੇ ਗੁਰੂ ਸਾਹਿਬ ਦੀ ਬਾਣੀਆਂ ਜਿਸ ਗੁਰੂ ਸਾਹਿਬ ਨੂੰ ਤੁਸੀਂ ਸਵੇਰੇ ਸ਼ਾਮ ਮੱਥਾ ਟੇਕਦੇ ਆ ਉਹ ਉਸੇ ਬਾਪੂ ਦੇ ਵਾਕ ਹੈ ਮਹਾਰਾਜ ਕਹਿੰਦੇ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਪੜੋ ਸਾਰੇ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਅਰਥ ਕੀ ਬਣਦੇ ਜੀ ਇਹਦੇ ਰੇ ਮੂੜੇ ਲਾਹੇ ਕੋ ਤੂੰ ਟੀਲਾ ਟੀਲਾ ਟੀਲੇ ਦਾ ਕੀ ਅਰਥ ਹੁੰਦਾ ਜੀ ਟੀਲੇ ਦਾ ਕੀ ਅਰਥ ਹੁੰਦਾ ਪਿਆਰੀ ਸਾਥ ਸੰਗਤ ਜੀ ਆਪਾਂ ਕਹਿੰਦੇ ਫਲਾਨਾ ਫਲਾਨਾ ਕੰਮ ਕਰਨ ਵਿੱਚ ਨਾ ਬੜਾ ਢਿੱਲਾ ਢਿਲਾ ਆ ਤੇ ਬਾਪੂ ਕਹਿੰਦਾ ਰੇ ਮੂੜੇ ਓਏ ਮੂਰਖਾ ਲਾਹੇ ਕੋ ਤੂੰ ਢੀਲਾ ਢੀਲਾ ਵੀ ਜਦੋਂ ਲਾਹਾ ਲੈਣਾ ਹੁੰਦਾ ਉਦੋਂ ਕੀ ਹੋ ਜਾਣਾ ਤੂੰ ਜੇ ਪਤਾ ਲੱਗ ਜੇ ਵੀ ਪਿੰਡ ਚ ਖਾੜਾ ਲੱਗਣਾ ਫੇਰ ਮਾਫ ਕਰਨਾ ਇੱਥੇ ਤਾਂ ਰਾਗੀ ਸਿੰਘ ਵਿਚਾਰੇ ਦੋ ਦੋ ਘੰਟੇ ਗੁਰਬਾਣੀ ਕੀਰਤਨ ਕਰਨ ਫੇਰ ਆਉਣਾ ਉਹ ਵੀ ਕਿਸੇ ਰੱਬ ਦੇ ਪਿਆਰੇ ਨੇ ਜਿਹਨੂੰ ਸਮਝ ਆ ਮਾੜੀ-ਮੋਟੀ ਕਿੰਨੀਆਂ ਅਨਾਊਂਸਮੈਂਟਾਂ ਕਰ ਕਿੰਨੀਆਂ ਵਾਜਾਂ ਦੇ ਕਿੰਨੇ ਤਰਲੇ ਕਰ ਫੇਰ ਆਉਣਾ ਵੀ ਆ ਸਰੀਰਾਂ ਨੇ ਅਖਾੜੇ ਬਾਰੇ ਤਾਂ ਦੱਸਦੇ ਹੀ ਨਹੀਂ ਅਗਲੇ ਬੈਂਨਰ 'ਚ ਲਾ ਜਾਂਦੇ ਪਿੰਡਾਂ 'ਚ ਤਿਲ ਸੱਟ ਨੂੰ ਥਾਂ ਹੁੰਦਾ ਉੱਥੇ ਹੁੰਦਾ ਥਾਂ ਬਾਪੂ ਕਹਿੰਦੇ ਇਹ ਮੇਰੇ ਬਾਕ ਨਹੀਂ ਹੈਗੇ ਭਾਗਾ ਵਾਲਿਓ ਜਿਸ ਗੁਰੂ ਸਾਹਿਬ ਨੂੰ ਤੁਸੀਂ ਸਜਦਾ ਕਰਦੇ ਆ ਐਸੇ ਗੁਰੂ ਸਾਹਿਬ ਜੀ ਦੀ ਬਾਣੀ ਹੈ ਰੇ ਮੂੜੇ ਲਾਹੇ ਕੋ ਤੂੰ ਢੀਲਾ ਢੀਲਾ ਵੀ ਜਿਹੜੇ ਕੰਮ 'ਚ ਲਾਹਾ ਮਿਲਦਾ ਹੈ ਉਹਦੇ 'ਚ ਤੂੰ ਢਿੱਲਾ ਹੁੰਨਾ ਤੇ ਮਹਾਰਾਜ ਨੂੰ ਪੁੱਛੇ ਮਹਾਰਾਜ ਅਸੀਂ ਛੇਤੀ ਕਦੋਂ ਕਰਦੇ ਆ ਚੰਗੇ ਕੰਮ ਨੂੰ ਤੇ ਢਿੱਲੇ ਆ ਸੋਹਣੇ ਕੰਮ ਨੂੰ ਤਿਆਲ ਸੀ ਹੁੰਨੇ ਕਿਸੇ ਦੀ ਲੱਤ ਦੁਖਦੀ ਹੁੰਦੀ ਕਿਸੇ ਦੀ ਬਾਹਂ ਦੁਖਦੀ ਹੁੰਦੀ ਹੈ ਕਿਸੇ ਦੀਆਂ ਮਈਆਂ ਨਵਾਉਣ ਵਾਲੀਆਂ ਹੁੰਦੀਆਂ ਕਿਸੇ ਦੀਆਂ ਪਿਉਆਂ ਵਾਲੀਆਂ ਹੁੰਦੀਆਂ ਕਿਸੇ ਨੇ ਨਿਆਣੇ ਦੇ ਕੱਪੜੇ ਧੋਣੇ ਹੁੰਦੇ ਬੜੇ ਬਹਾਨੇ ਮਹਾਰਾਜ ਅਸੀਂ ਛੇਤੀ ਕਿਹੜੀ ਕੰਮ ਨੂੰ ਕਰਦੇ ਦੱਸਿਓ ਗੱਪੜਾ ਆਪਾਂ ਗੁਰੂ ਸਾਹਿਬ ਤੋਂ ਹੀ ਪੁੱਛਾਂਗੇ ਮਹਾਰਾਜ ਪਤਾ ਕੀ ਕਹਿੰਦੇ ਟੋਟੇ ਕੋ ਬੇਗਤਾਇਆ ਟੋਟੇ ਕੋ ਬੇਗਤਾਇਆ ਦਾ ਅਰਥ ਹੈ ਜਿਹੜਾ ਕੰਮ ਗਲਤ ਆ ਨਾ ਬੇਗਦਾਰਥ ਹੈ ਛੇਤੀ ਕਰਦਾ ਹੈ ਛੇਤੀ ਪੁੱਠੇ ਕੰਮ ਨੂੰ ਚੰਗੇ ਆਈ ਆਲਕ ਕਰੇ ਚੰਗੇ ਕੰਮ ਨੂੰ ਆਲਸ ਤੇ ਬੁਰੇ ਕੰਮ ਨੂੰ ਬੁਰੇ ਆਈ ਹੋਏ ਸ਼ੇਰ ਬੁਰੇ ਕੰਮ ਨੂੰ ਸ਼ੇਰ ਬਣ ਜਾਣਾ ਹੈ ਬੁਰੇ ਕੰਮ ਨੂੰ ਕਾਲੀ ਕਰਦਾ ਇਹ ਬਾਣੀ ਕਹਿੰਦੀ ਮੈਂ ਥੋੜਾ ਕਹਿੰਦਾ ਟੀਵੀ ਭਾਵੇਂ ਸਾਡਾ ਰਾਤ ਦੇ 12 ਵਜੇ ਵੀ ਤੱਕ ਵੀ ਚੱਲਦਾ ਰਹੇ ਤੇ ਗੁਰਦੁਆਰੇ ਜੇਕਰ 5 ਮਿੰਟ ਵੀ ਉੱਪਰ ਹੋ ਜਾਂਦੇ ਆਪਾਂ ਭਾਈ ਦੇ ਗੱਲ ਫਾਹ ਪਾ ਲੈਣਾ ਬਾਬਾ ਜੀ ਅੱਜ ਸਮਾਪਤੀ ਤੁਸੀਂ ਤੂੰ ਨਹੀਂ ਸੀ ਤੂੰ ਇਨਾ ਟਾਈਮ ਤੂੰ 12 ਵਜੇ ਗਿਆ ਸਵੇਰ 12 ਕਰਤੇ ਵੀ 15 ਮਿੰਟ ਕੋਈ ਸਿਵਿਆਂ 'ਚ ਥੋੜਾ ਬੈਠੇ ਸੀ ਆਪਾਂ ਇਹ 15 ਮਿੰਟ ਆਪਾਂ ਕੋਈ ਚੌਂਕ ਦੇ ਧਰਨੇ 'ਚ ਥੋੜਾ ਬੈਠੇ ਸੀ ਵੀ ਮਿੱਟੀ ਸਿਰ 'ਚ ਪੈਂਦੀ ਸੀ 15 ਮਿੰਟ ਆਪਦੇ ਗੁਰੂ ਕੋਲ ਹੀ ਵੱਧ ਲਾਏ ਆ ਘਾਟਾ ਥੋੜਾ ਪੈ ਗਿਆ ਕੋਈ ਨੁਕਸਾਨ ਥੋੜਾ ਹੋਇਆ ਸਾਡਾ ਮਹਾਰਾਜ ਕਹਿੰਦੇ ਟੋਟੇ ਕੋ ਬੇਗਤਾ ਆ ਬੁਰੇ ਕੰਮ ਨੂੰ ਛੇਤੀ ਕਰਦਾ ਹੈ ਹੋਰ ਔਗਣ ਕਿਹੜਾ ਸਾਡੇ 'ਚ ਗੁਰੂ ਤੋਂ ਪੁੱਛਣਾ ਆਪਾਂ ਮੇਰਾ ਦੁੱਖ ਸੁੱਖ ਤੁਝ ਹੀ ਗੁਰੂ ਤੇ ਪੁੱਛਣਾ ਵੀ ਹੋਰ ਕਿਹੜੀ ਘਾਟ ਹੈ ਮਹਾਰਾਜ ਕਹਿੰਦੇ ਗੰਦਨ ਵੈਣ ਸੁਣੈ ੁਰਜਾਵੈ ਗੰਦਨ ਵੈਣ ਗੰਦਨ ਵੈਣ ਦਾ ਅਰਥ ਹੁੰਦਾ ਹੈ ਗੰਦੇ ਗੀਤ ਗੰਦਨ ਵੈਣ ਸੁਣੈ ੁਰਜਾਵੈ ਗੰਦੇ ਗੀਤ ਸੁਣ ਸੁਣ ਕੇ ਉਹਨਾਂ 'ਚ ਉਲਝ ਗਿਆਂ ਖੱਪ ਗਿਆਂ ਉਹਨਾਂ 'ਚ ਖੱਪੀ ਪੰਜਾਬ ਦੀ ਜਵਾਨੀ ਕਿ ਨਹੀਂ ਖੱਪੀ ਫੋਨ ਚੱਕ ਕਰ ਲਈਏ ਕਥਾ ਤੇ ਲੱਭਣੀ ਨਹੀਂ ਵਿੱਚ ਕਿਤੇ ਨਾ ਕੀਰਤਨ ਨਾ ਢਾਡੀ ਵਾਰਾ ਨਾ ਕਵੀਸ਼ਰ ਕਾਦੇ ਨਾਲ ਫੋਨ ਭਰੇ ਹੋਏ ਆ ਗੀਤਾਂ ਨਾਲ ਉਹਨਾਂ ਗੀਤਾਂ 'ਚ ਕੀ ਕੋਜਾ ਜੀ ਜਿਹੜੇ ਗੀਤ ਸਾਡੇ ਫੋਨਾਂ ਸਾਡੇ ਟੀਵੀਆਂ ਸਾਡੇ ਟਰੈਕਟਰਾਂ 'ਚ ਵੱਜ ਰਹੇ ਆ ਕਿ ਉਹ ਗੀਤ ਅਸੀਂ ਆਪਣੀਆਂ ਮਾਵਾਂ ਭੈਣਾਂ ਤੇ ਲਾਗੂ ਕਰ ਸਕਦੇ ਆ ਉਹਨਾਂ ਗੀਤਾਂ 'ਚ ਜਾਂ ਗੱਲ ਸ਼ਰਾਬਾਂ ਦੀ ਹੈ ਜਾਂ ਹੱਕ ਨੱਪਣ ਦੀ ਹੈ ਜਾਂ ਨਲਕਾਰੇ ਮਾਰਨ ਦੀ ਹੈ ਜਾਂ ਕੁੱਟਣ ਦੀ ਹੈ ਜਾਂ ਮਾਰਤ ਦੀ ਮਾਰਨ ਦੀ ਹੈ ਕੋਈ ਅਕਲ ਵਾਲੀ ਸਮਝ ਵਾਲੀ ਕੋਈ ਸਮਾਜ ਨੂੰ ਸਿਹਤ ਦੇਣ ਵਾਲੀ ਗੱਲ ਹੈਗੀ ਕੋਈ ਉਹਨਾਂ ਗੀਤਾਂ ਦੇ ਅੰਦਰ ਉਹ ਗੀਤ ਘਰਾਂ ਚ ਵੀ ਹੈ ਫੋਨਾਂ ਚ ਵੀ ਹੈ ਟੀਵੀਆਂ ਚ ਵੀ ਹੈ ਜਿੱਥੇ ਵਿਆਹ ਜਾਂਦੇ ਉੱਥੇ ਵੀ ਹੈ ਉਹ ਗੰਦ ਚਾਰੇ ਪਾਸੇ ਖਲਾਰਿਆ ਹੋਇਆ ਨਾਲੇ ਕਰੋੜਾਂ ਰੁਪਈਆ ਖਰਚ ਰਹੇ ਆ ਉਹ ਗੰਦ ਨੂੰ ਉੱਪਰ ਲਜਾਣ ਲਈ ਗੈਸਟਾਂ ਸੱਦੇ ਜਾਂਦੇ ਸਿੰਗਰ ਕਰੋੜਾਂ ਰੁਪਈਆ ਦਿੱਤਾ ਜਾਂਦਾ ਹੈ ਨਹੀਂ ਦਿੱਤਾ ਜਾਂਦਾ ਕਿੰਨਾ ਪ੍ਰਮੋਟ ਕੀਤਾ ਜਾਂਦਾ ਉਹਨਾਂ ਗੀਤਾਂ ਨੂੰ ਗੰਦਨ ਵੈਣ ਸੁਣੈ ਅਰ ਜਾਵੇਂ ਨਾਮ ਲੈ ਤੇ ਅਲਕਾਇਆ ਤੇ ਸਤਿਗੁਰ ਕਹਿੰਦੇ ਜਦੋਂ ਰੱਬ ਦਾ ਨਾਮ ਲੈਣਾ ਉਦੋਂ ਲੈਣਾ ਹੁੰਦਾ ਉਦੋਂ ਆਲਸੀ ਹੋ ਜਾਣਾ ਗੰਦੇ ਕੀਤਾ ਚੁੱਲਜ ਗਿਆਂ ਅੱਗੇ ਕੀ ਕਹਿੰਦੇ ਸਤਿਗੁਰ ਨਿੰਦ ਚਿੰਦ ਕੋ ਬਹੁਤ ਉਮਾਹੋ ਉਮਾਹੋ ਦਾ ਅਰਥ ਹੈ ਜਦੋਂ ਕਿਸੇ ਘਰ ਦੀ ਮਿੱਟੀ ਪਲੀਤ ਕਰਨੀ ਹੋਵੇ ਤੈਨੂੰ ਚਾ ਚੜ ਜਾਂਦਾ ਹੈ ਉਮਾਹੋ ਦਾ ਅਰਥ ਹੈ ਚਾ ਚੜ ਜਾਂਦਾ ਹੈ ਨਿੰਦ ਚਿੰਦ ਕੋ ਬਹੁਤ ਉਮਾਹੋ ਜਦੋਂ ਆਏ ਪੂਰੀ ਸੀਆਈਟੀ ਲੈਣੀ ਹੁੰਦੀ ਨਾ ਘਰਾਂ ਦੀ ਵੀ ਫਲਾਣੇ ਦੇ ਕੀ ਹੋਇਆ ਫਲਾਣੇ ਦੇ ਕੀ ਹੋਇਆ ਉਦੋਂ ਐਨ ਸਾਰੇ ਅੱਖਾਂ ਵੀ ਨਹੀਂ ਦੁਖਦੀਆਂ ਹੁੰਦੀਆਂ ਢੂਈ ਵੀ ਨਹੀਂ ਦਰਦ ਕਰਦੀ ਹੁੰਦੀ ਐਨ ਬੰਦਾ ਸਿੱਧਾ ਹੋ ਕੇ ਐ ਬੈਠਾ ਵੀ ਦੱਸੋ ਕੀ ਬਣਿਆ ਫਿਰ ਫਲਾਣੇ ਦੇ ਫਲਾਣੇ ਮਰ ਗਏ ਕਿ ਜਾਉਂਦੇ ਐ ਮੁੰਡਾ ਕਿਵੇਂ ਆ ਉਹਨਾਂ ਦਾ ਕੁੜੀ ਕਿੱਦਾਂ ਫਲਾਣੇ ਦੀ ਮੈਂ ਕਹਿ ਰਿਆਂ ਜਿਹਨੂੰ ਮੱਥਾ ਟੇਕਦੇ ਉਹੀ ਬਾਪੂ ਕਹਿੰਦਾ ਨਿੰਦ ਚੰਦ ਕੋ ਬਹੁਤ ਅਮਾਇਓ ਬੂਝੀ ਉਲਟਾਇਆ ਤੇ ਸਤਗੁਰ ਕਹਿੰਦੇ ਹਰ ਗੱਲ ਨਾ ਤੂੰ ਉਲਟ ਕਰਕੇ ਮੰਨੀ ਐ ਤੈਨੂੰ ਕਿਹਾ ਸੱਚ ਦਾ ਰਾਹ ਫੜ ਲਾ ਤੂੰ ਝੂਠ ਦਾ ਫੜ ਲਿਆ ਤੈਨੂੰ ਕਿਹਾ ਸਿੱਖਾ ਅੰਮ੍ਰਿਤ ਖਾ ਤੂੰ ਜ਼ਹਿਰ ਖਾ ਗਿਆ ਤੈਨੂੰ ਕਿਹਾ ਸਿੱਧੇ ਰਸਤੇ ਤੁਰ ਤੂੰ ਪੁੱਠੇ ਪਾਸੇ ਸਤਗੁਰ ਅੱਗੇ ਪਤਾ ਕੀ ਕਹਿੰਦੇ ਸਾਡੇ ਅੰਦਰਲੀ ਹਾਲਤ ਹੋਰ ਕਿਦਾਂ ਦੀ ਹੋਈ ਪਈ ਐ ਭਰ ਤਨ ਭਰ ਤਨ ਭਰਤੀ ਨਿੰਦਾ ਜਾਂ ਪ੍ਰਾਇ ਤਨ ਤੇ ਨਜ਼ਰ ਐ ਜਾਂ ਪ੍ਰਾਇ ਤਨ ਤੇ ਨਜ਼ਰ ਐ ਇਹ ਫਲਾਨੇ ਦਾ ਸਾਰਾ ਤਨ ਮੇਰੇ ਕੋਲੇ ਆ ਜਾਏ ਜਾਂ ਫਲਾਨੇ ਦੀ ਸਾਰੀ ਜਾਇਦਾਦ ਮੈਂ ਹੜੱਪ ਲਾਵਾਂ ਮੈਂ ਰਾਜਾ ਹੋਵਾਂ ਬਾਕੀ ਮਰ ਜਾਣ ਸਾਰੇ ਜਾਂ ਦੂਜੇ ਦੇ ਪ੍ਰਾਇਤ ਤਨ ਤੇ ਨਜ਼ਰ ਰੱਖਦਾ ਹੈ ਭਰ ਤਨ ਪਰ ਤਨ ਪਰਤੀ ਨਿੰਦਾ ਅਖਾ ਦਿਖਾਏ ਹਰ ਕਾਇਆ ਤੇ ਗੁਰੂ ਅਰਧਨ ਸਾਹਿਬ ਕਹਿੰਦੇ ਜਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਸੀ ਉਹ ਵੀ ਖਾ ਗਿਆ ਐਂ ਲੱਗਦਾ ਹਰ ਕਾਇਆ ਦਾ ਹਲ ਕੀ ਗਿਆ ਹਲਕ ਗਿਆ ਬੰਦਿਆ ਕੋਈ ਫਰਕ ਨਹੀਂ ਰਿਹਾ ਤੇਰੇ ਤੇ ਪਸ਼ੂ ਦੇ ਅੰਦਰ ਹਲਕ ਗਿਆ ਅੱਗੇ ਜਾ ਕੇ ਸਤਿਗੁਰ ਪਤਾ ਕੀ ਕਹਿੰਦੇ ਸਾਚ ਧਰਮ ਸਿਓ ਰਚ ਨਹੀਂ ਆਵੇ ਸੱਚੇ ਧਰਮ ਚ ਰੁਚੀ ਕੋਈ ਨਹੀਂ ਤੇਰੀ ਨਾ ਬਾਣੀ ਪੜਨ ਚ ਨਾ ਗੁਰਦੁਆਰੇ ਆਉਣ ਚ ਕੋਈ ਰੁਚੀ ਨਹੀਂ ਤੇਰੀ ਬਿਲਕੁਲ ਰੁਚ ਨਹੀਂ ਆਵੇ ਕੋਈ ਰੁਚੀ ਨਹੀਂ ਹੈਗੀ ਤੇਰੀ ਧਿਆਨ ਹੀ ਨਹੀਂ ਅੰਦਰ ਸਤ ਸੁਣਤ ਸੁਹਾਇਆ ਤੇ ਸਿੱਧਾਂ ਦੇ ਸਰਤਾਜ ਕਹਿੰਦੇ ਸਿੱਖਾ ਜਦੋਂ ਤੈਨੂੰ ਇਹ ਸਚੀਆਂ ਤੇ ਪਿਆਰੀਆਂ ਗੱਲਾਂ ਅਸੀਂ ਦੱਸਦੇ ਆਂ ਫਿਰ ਤੈਨੂੰ ਗੁੱਸਾ ਆਉਂਦਾ ਸੱਤ ਸੁਣ ਤੋ ਸ਼ਹਾਇਆ ਸ਼ਹਾਇਆ ਦਾ ਅਰਥ ਆ ਫਿਰ ਗੁੱਸਾ ਕਰ ਜਾਣਾ ਜਦੋਂ ਇਹ ਸਚਾਈ ਦੱਸੀ ਜਾਂਦੀ ਨਾ ਤੇਰੇ ਅੰਦਰ ਲਈ ਉਦੋਂ ਤੂੰ ਗੁੱਸਾ ਵੀ ਕਰਦਾ ਫਿਰ ਉਦੋਂ ਫਿਰ ਗੁੱਸੇ 'ਚ ਜਿੰਨੀ ਪਾਵਰ ਹੁੰਦੀ ਐ ਮੈਂ ਪ੍ਰਚਾਰ ਬੰਦ ਕਰ ਦੂੰ ਮੈਂ ਗੁਰੰਥੀ ਕੱਢ ਦੂੰ ਮੈਂ ਉਹ ਕਰ ਦੂੰ ਫਿਰ ਗੁੱਸੇ 'ਚ ਬਹੁਤ ਕੁਝ ਕਰਦਾ ਤਾਕਤ ਵਰਤਦਾ ਫਿਰ ਰੰਗੇ ਨੇ ਵੀ ਵਰਤੀ ਐ ਜਨਾ ਜੋਰ ਆ ਫਿਰ ਲਾਉਣਾ ਹੈ ਤਵੀ ਤੇ ਪਾ ਦਨਾ ਹੈ ਤੂੰ ਗਰਮ ਰੇਤਾ ਸੀਸ ਵਿੱਚ ਪਾ ਦਨਾ ਜੋਰ ਲਾਉਣਾ ਫਿਰ ਆਪਣਾ ਸਤਗੁਰ ਅੱਗੇ ਪਤਾ ਕੀ ਕਹਿੰਦੇ ਕਹਿੰਦੇ ਦਾਤਿਆ ਸਾਡੀ ਤਾਂ ਹਾਲਤ ਵੈਸੇ ਆ ਚੰਗੇ ਕੰਮ ਨੂੰ ਢੱਲ ਤੇ ਬੁਰੇ ਕੰਮ ਨੂੰ ਛੇਰ ਗੰਦੇ ਕੀਤਾ ਨੂੰ ਭੱਜ ਕੇ ਪੈਨੇ ਆ ਤੇ ਨਾਮ ਤੇਰਾ ਲੈਣ ਲੱਗਿਆ ਆਲਸ ਕਰਦੇ ਆ ਨਿੰਦਾ ਤੇ ਈਰਖਾ ਸਾਡੇ ਜੀਵਨ ਦਾ ਹਿੱਸਾ ਬਣ ਗਈ ਐ ਇਸ ਲਈ ਦਾਤਿਆ ਤੇਰੇ ਤੇ ਭਰੋਸਾ ਵਾ ਤੇ ਤੇਰੇ ਅੱਗੇ ਇੱਕ ਅਰਦਾਸ ਐ ਕੀ ਅਰਦਾਸ ਐ ਦੀਨ ਦਿਆਲ ਕਰਪਾਲ ਪ੍ਰਭ ਠਾਕਰ ਦੀਨਾ ਦੇ ਦਿਆਲ ਕਰਪਾਲੂ ਏ ਵਾਹਿਗੁਰੂ ਭਗਤ ਟੇਕ ਹਰਨਾਇਆ ਤੇਰੇ ਭਗਤਾ ਨੇ ਤੇਰੇ ਨਾਮ ਦਾ ਆਸਰਾ ਲਿਆ ਨਾਨਕ ਆਹਾ ਸ਼ਰਨ ਪ੍ਰਭ ਆਇਓ ਆਹਾ ਦਾ ਅਰਥ ਹੁੰਦਾ ਤਾਂਗ ਕੀ ਵਰਲਾਪ ਕਰਕੇ ਤੇਰੇ ਕੋਲੇ ਆਏ ਆ ਜੇ ਤਰਲਾ ਜਾਂ ਲੈ ਕੇ ਗੁਰੂ ਕੋਲੇ ਆਈਏ ਭੁੱਖੇ ਤੇ ਪਿਆਸੇ ਬਣ ਕੇ ਗੁਰੂ ਝੋਲੀਆਂ ਭਰਦਾ ਹੈ ਕਿ ਨਹੀਂ ਭਰਦਾ ਜੀ ਜੇ ਦਿਲੋਂ ਕਹਿ ਤੀਏ ਆਪਾਂ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਸੰਦਾ ਮੋਹ ਸੰਦਾ ਦਾ ਅਰਥ ਹੈ ਜੇ ਤੂੰ ਮੇਰੇ ਨਾਲ ਹੈ ਮੈਨੂੰ ਕਿਸੇ ਦੀ ਮਹਤਾਜੀ ਕਰਨ ਦੀ ਲੋੜ ਨਹੀਂ ਮੈਂ ਸਭ ਕੁਝ ਤੈਨੂੰ ਸੌਂਪਿਆ ਸਾਰਾ ਕੁਝ ਤੇਰੇ ਆਸਰੇ ਜਾਂ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੋ ਚੰਦਾ ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ ਅਸੀਂ ਤੇਰੇ ਬੰਦਿਆਂ ਦਾ ਤਿਆ ਅਸੀਂ ਤੇਰੇ ਹੀ ਆ ਅਸੀਂ ਵਿਗੜੇ ਹੋਏ ਆ ਜ਼ਹਿਰ ਨਾਲ ਭਰੇ ਹੋਏ ਆ ਪਰ ਸਾਨੂੰ ਭਰੋਸਾ ਵੀ ਆ ਬੈਦ ਬਾਪੂ ਤੂੰ ਸਾਡੇ ਚੋਂ ਜ਼ਹਿਰ ਕੱਢਣ ਲੱਗਿਆ ਮੈਂਟ ਨਹੀਂ ਲਾਉਣਾ ਅਸੀਂ ਤਰਲਾ ਲੈ ਕੇ ਤੇਰੇ ਕੋਲ ਆਏ ਆ ਪਿਆਸੇ ਬਣ ਕੇ ਭੁੱਖੇ ਬਣ ਕੇ ਤੇਰੇ ਕੋਲ ਆਏ ਆ ਨਾਨਕ ਆਹਾ ਸ਼ਰਨ ਪ੍ਰਭ ਆਇਓ ਰਾਖ ਲਾਜ ਅਪਣਾਇਆ ਤੇ ਸਾਡੇ ਆਿਆਂ ਦੀ ਕੀ ਰੱਖ ਲੈ ਸਾਡੀ ਲਾਜ ਰੱਖ ਲਾ ਦాతਿਆ ਸਾਨੂੰ ਇਸ ਗੰਦਗੀ ਚੋਂ ਸਾਨੂੰ ਇਸ ਚਿੱਕੜ ਚੋਂ ਬਾਹਰ ਕੱਢ ਲਾ ਦాతਿਆ ਆਿਆਂ ਦੀ ਲਾਜ ਰੱਖਦਾਓ ਟੁੱਟਣ ਥੋੜਾ ਦਿੰਦਾ ਵਿਸ਼ਵਾਸ ਆਪਾਂ ਸ਼ੁਰੂਆਤ ਕੀਤੀ ਤੋੜਿਆ ਵਿਸ਼ਵਾਸ 90 ਮੈਂਬਰ ਪਰਿਵਾਰ ਦੇ ਕਿੰਨੇ ਮੈਂਬਰ ਜੀ ਸਮਾਪਤੀ ਕਰਨੀ ਬੋਲਿਓ ਕਿੰਨੇ ਮੈਂਬਰ ਜੀ 90 ਮੈਂਬਰ ਪਰਿਵਾਰ ਦੇ ਭਾਈ ਮਣੀ ਸਿੰਘ ਦੇ ਸ਼ਹੀਦ ਹੋਏ 90 ਮੈਂਬਰ ਭਰਾ ਵੀ ਪੁੱਤ ਵੀ ਪੋਤਿਆਂ ਤੱਕ ਦਾਦਿਆਂ ਪੜਦਾਦਿਆਂ ਤੱਕ ਸ਼ੀਧੀਆਂ ਦਿੱਤੀਆਂ ਤਾਂ ਕਿ ਸਿੱਖ ਦੇ ਵਿਸ਼ਵਾਸ ਤੇ ਭਰੋਸੇ ਵਿੱਚ ਤਰੇੜ ਨਾ ਆ ਜਾਏ ਆ ਦਿਨ ਲੰਘ ਕੇ ਗਏ ਆ ਜੇ ਠੰਡੇ ਬੁਰਜ ਵਿੱਚ ਬੈਠੀ ਮਾਂ ਗੁਜ਼ਰਕਾਰ ਪੋਤੇ ਗੋਦ ਵਿੱਚ ਹੈ ਕੀ ਸਿਖਾਉਂਦੀ ਹੈ ਜੋਰਾਵਾਰ ਫਤਿ ਸਿਓ ਮੇਰੇ ਪੋਤਿਆਂ ਗੱਲ ਕੱਲੀ ਤੁਹਾਡੀ ਨਹੀਂ ਹੈਗੀ ਮੈਨੂੰ ਤੁਹਾਡਾ ਫਿਕਰ ਨਹੀਂ ਕੱਲਾ ਮੈਨੂੰ ਇਸ ਗੱਲ ਦਾ ਫਿਕਰ ਹੈ ਵੀ ਆਉਣ ਵਾਲੀਆਂ ਨਸਲਾਂ ਕਦੇ ਡੋਲ ਨਾ ਜਾਣ ਜੇ ਤੁਸੀਂ ਠੜਕ ਗਏ ਤਾਂ ਘਬਰਾਉਣਾ ਨਹੀਂ ਡੋਲਣਾ ਨਹੀਂ ਸੂਬੇ ਦੀ ਕਚਹਿਰੀ ਵਿੱਚ ਜਾ ਕੇ ਤੁਹਾਡੇ ਪੈਰ ਥੜਕਨੇ ਨਹੀਂ ਚਾਹੀਦੇ ਤੁਹਾਡੇ ਚਿਹਰੇ ਤੇ ਨੂਰ ਚਾਹੀਦਾ ਹੈ ਤੁਹਾਡੀ ਜ਼ੁਬਾਨ ਤੇ ਸੱਚ ਚਾਹੀਦਾ ਹੈ ਤੁਹਾਡਾ ਹਿਰਦੇ ਦੇ ਵਿੱਚ ਬਹੁਤ ਵੱਡੀ ਦ੍ਰਿੜਤਾ ਚਾਹੀਦੀ ਹੈ ਇੱਕ ਵਾਰ ਜਾ ਕੇ ਉਹਨਾਂ ਕੰਦਾ ਨੂੰ ਹਲਾ ਜੋਰਾ ਵਰਸਿਆਂ ਕੀ ਪਤਾ ਤੇਰੇ ਅਲਵੇਖ ਕੇ ਕਲਗੀ ਧਰ ਤੇਰੇ ਬਾਪੂ ਤੇ ਕਿੰਨਿਆਂ ਦਾ ਹੋਰ ਵਿਸ਼ਵਾਸ ਪੱਕਾ ਹੋ ਜਾਏਗਾ ਠੰਡੇ ਬੁਰਜ ਵਿੱਚ ਅਸੀਂ ਜਿੰਨੇ ਮਰਜ਼ੀ ਸਿਆਣੇ ਬਣ ਜਾਈਏ ਜਿੰਨੇ ਮਰਜ਼ੀ ਮਹਿੰਗੇ ਕੱਪੜੇ ਪਾ ਲਈਏ ਜਿੰਨੇ ਮਰਜ਼ੀ ਵੱਡੇ ਬਣ ਜਾਈਏ ਠੰਡੇ ਬੁਰਜ ਤੋਂ ਨਾ ਤਾਂ ਕੋਈ ਵੱਡੀ ਇਮਾਰਤ ਬਣ ਸਕੇਗੀ ਤੇ ਨਾ ਹੀ ਬਣੇਗੀ ਅਸੀਂ ਜਿੰਨੇ ਮਰਜ਼ੀ ਸੋਹਣੇ ਬਣ ਜਾਈਏ ਪਰ ਸਾਡੇ ਚਿਹਰੇ ਤੇ ਉਹ ਨੂਰ ਨਹੀਂ ਹੋਏਗਾ ਜਿਹੜਾ ਮਾਤਾ ਗੁਜਰ ਕੌਰ ਦੇ ਹਿੱਸੇ ਆਇਆ ਧੰਨ ਵਾਲੇ ਵੀ ਜਿੰਨੇ ਮਰਜ਼ੀ ਬਣ ਜਾਈਏ ਪਰ ਟੋਡਰ ਮਲ ਘਰ ਘਰ ਨਹੀਂ ਜਾਂਦੇ ਜੇ ਜਿੰਨੇ ਮਰਜੀ ਦਾਨੀ ਬਣ ਜਾਈਏ ਭੇਟ ਕਰਨ ਵਾਲਿਆਂ ਚ ਆਪਣਾ ਨਾਮ ਸ਼ਾਮਿਲ ਕਰ ਲਈਏ ਮੋਤੀ RAM ਮਹਿਰਾ ਹਰੇਕ ਨੇ ਥੋੜਾ ਬਣ ਜਾਣਾ ਆਪਣੇ ਪੂਰੇ ਪਰਿਵਾਰ ਦੀ ਇੱਕ ਦੁੱਧ ਦੀ ਕੀਮਤ ਆਪਣਾ ਪੂਰਾ ਪਰਿਵਾਰ ਕੋਲੂ ਵਿੱਚ ਪਸਵਾ ਕੇ ਤਾਰੀ ਹੈ ਮੈਂ ਸਾਂਝੀ ਕਰਾਂ ਘਟਣਾ ਸੁਣਿਆ ਨਾ ਨਾਂ ਤੁਸੀਂ ਬਾਬਾ ਮੋਤੀ RAM ਮਹਿਰੇ ਦਾ ਪਤਾ ਲੱਗਾ ਵੀ ਥੋੜੀ ਦੂਰ ਸਹਿਬਜਾਦੇ ਤੇ ਮਾਤਾ ਗੁਜਰਕੌਰ ਪਹੁੰਚ ਚੁੱਕੇ ਆ ਤੇ ਘਰ ਵਾਲੀ ਨੂੰ ਕਹਿਣ ਲੱਗੇ ਪਾਕਵਾਨੇ ਆਪਣੇ ਕਿੰਨੇ ਭਾਗ ਜਾਗੇ ਆ ਕਿੰਨੀ ਰੀਝ ਸੀ ਆਪਣੇ ਮਾਨ ਅੰਦਰ ਵੀ ਦਸ਼ਮੇਸ਼ ਪਿਤਾ ਨੂੰ ਵੇਖੀਏ ਉਹਨਾਂ ਦੇ ਦਰਸ਼ਨ ਕਰੀਏ ਉਹਨਾਂ ਦਾ ਸੰਗ ਕਰੀਏ ਚੱਲ ਜੇ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਸਾਨੂੰ ਨਹੀਂ ਮਿਲੇ ਪਰ ਆਪਾਂ ਉਸ ਮਾਂ ਨੂੰ ਵੇਖਿਆਈਏ ਜਿਸ ਮਾਂ ਦੇ ਕੋਖ ਦੇ ਵਿੱਚੋਂ ਐਡੇ ਰਹਿਬਰ ਐਡੇ ਪਗੰਬਰ ਨੇ ਜਨਮ ਲਿਆ ਆ। ਜੇ ਬਾਜਾਂ ਵਾਲਾ ਨਹੀਂ ਮਿਲਿਆ ਆਪੋ ਨੇ ਬੱਚਿਆਂ ਨੂੰ ਵੇਖਾਈਏ ਜਿਹੜੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਘਰੇ ਪੈਦਾ ਹੋਏ ਆ। ਆਪਣੇ ਕੋਲੇ ਇੰਨੀ ਯੁਰਤ ਤੇ ਸਮਰੱਥਾ ਨਹੀਂ ਆਪਾਂ ਛੜਾ ਸਕੀਏ। ਭਗਵਾਨ ਨੇ ਆਪਣੇ ਘਰ ਦਾ ਦੁੱਧ ਜਿਹੜਾ ਹੈਗਾ ਆਪਾਂ ਅੱਜ ਦੀ ਰਾਤ ਜੇ ਸਹਿਬਜ਼ਾਦਿਆਂ ਦੇ ਮੁੱਖ ਚ ਪਾ ਦੇਈਏ। ਜਦੋਂ ਘਰੋਂ ਦੁੱਧ ਲੈ ਕੇ ਤੁਰਿਆ ਨਾ ਆਂਡੀ ਗਵਾਂਡੀ ਗੱਲਾਂ ਕਰਦੇ ਓਏ ਮੋਤੀ RAM ਕਿਉਂ ਮੌਤ ਦੇ ਮੂੰਹ 'ਚ ਜਾ ਰਹਿਆਂ ਇਹ ਦੁੱਧ ਕੋਈ ਤੂੰ ਰਾਤ ਜਾਂਦੇ ਰਈਆਂ ਨੂੰ ਛਕਾਉਂ ਨਹੀਂ ਚੱਲਿਆ ਇਹ ਦੁੱਧ ਤੂੰ ਕਿਸੇ ਘਰ ਵਿੱਚ ਬੈਠੇ ਹੋਏ ਪਰਿਵਾਰ ਨੂੰ ਛਕਾਉਂ ਨਹੀਂ ਚੱਲਿਆ ਇਹ ਦੁੱਧ ਹਕੂਮਤ ਦੀ ਨਜ਼ਰ ਵਿੱਚ ਬਾਗੀ ਬੱਚਿਆਂ ਤੇ ਮਾਂ ਨੂੰ ਛਕਾਉਣ ਚੱਲਿਆਂ ਯਾਦ ਰੱਖੀਂ ਹਕੂਮਤ ਦੀਆਂ ਨਜ਼ਰਾਂ ਵਿੱਚ ਜਿਹੜਾ ਬਾਗੀ ਹੈ ਨਾ ਉਹਦਾ ਜਿਹੜਾ ਸਹਿਯੋਗ ਕੋਈ ਦਿੰਦਾ ਤੇ ਹਕੂਮਤ ਉਹਦਾ ਬਹੁਤ ਵੱਡਾ ਨਸ਼ਰ ਕਰਦੀ ਹੈ ਬਹੁਤ ਗਲਤ ਨਸ਼ਰ ਕਰਦੀ ਉਹਦੇ ਨਾਲ ਨਾ ਜਾ ਕਹਿੰਦਾ ਮੈਂ ਆ ਭਾਗਾ ਨਾ ਰਹਿ ਜਾਵਾਂ ਦੁੱਧ ਪਿਉਣ ਖਣੋ ਠੀਕ ਆ ਮੈਂ ਉਸ ਪਰਿਵਾਰ ਨਾਲ ਉਹਨਾਂ ਵਰਗਾ ਮੇਰੇ 'ਚ ਸਿੱਦਕ ਤੇ ਭਰੋਸਾ ਨਹੀਂ ਮੈਂ ਉਹਨਾਂ ਦੇ ਨਾਲ ਤੁਰ ਸਕਾਂ ਪਰ ਮੈਂ ਦੁੱਧ ਦਾ ਗਲਾਸ ਬੱਚਿਆਂ ਦੇ ਸਾਹਮਣੇ ਖੜ ਕੇ ਅਕਾਲ ਪੁਰਖ ਦੇ ਸਨਮਕ ਹੋ ਕੇ ਇੱਕ ਗੱਲ ਤਾਂ ਜ਼ਰੂਰ ਕਵਾਂਗਾ ਦਾਤਿਆ ਆ ਜਿਹੜੇ ਬੱਚੇ ਆ ਨਾ ਇਹ ਸੱਚ ਦੇ ਪੰਦੀ ਹੈ ਝੂਠ ਦੇ ਮਰੀਦ ਨਹੀਂ ਹੈਗੇ ਮੈਂ ਮੋਹਰ ਲਾ ਕੇ ਆਵਾਂਗਾ ਇਹ ਮਾਂ ਗੁਜਰਕੌਰ ਤੇ ਸਹਬਜਾਦੇ ਸੱਚੇ ਨੇ ਮੈਂ ਮੋਹਰ ਲਾ ਕੇ ਆਵਾਂਗਾ ਦੁੱਧ ਪਿਆ ਕੇ ਚੰਗਿਆਂ ਨੂੰ ਸਲਾਉਣਾ ਵੀ ਬਹੁਤ ਵੱਡੀ ਹਿੰਮਤ ਚਾਹੀਦੀ ਹੈ ਚੰਗਿਆਂ ਦਾ ਸਾਥ ਦੇਣਾ ਵੀ ਹਿੰਮਤ ਚਾਹੀਦੀ ਹੈ ਤੇ ਮੈਂ ਅੱਜ ਚੰਗਿਆਂ ਦੀ ਸਲੋਤਾ ਕਰਕੇ ਉਹਨਾਂ ਦੇ ਚਰਨਾਂ 'ਚ ਸੀਸ ਰੱਖ ਕੇ ਅਰਦਾਸ ਕਰਾਂਗਾ ਕਦੇ ਮੇਰੀ ਵੀ ਜ਼ਿੰਦਗੀ ਸਵਰ ਜਾਏ ਘਰ 'ਚੋਂ ਦੁੱਧ ਲੈ ਕੇ ਤੁਰਿਆ ਲੋਕਾਂ ਰੋਕਿਆ ਕਈਆਂ ਤਾਨੇ ਮਾਰੇ ਕਈਆਂ ਹਲੂਣਿਆਂ ਝੰਡੋੜਿਆ ਕਈਆਂ ਨੇ ਡਰਾਵੇ ਵੀ ਦਿੱਤੇ ਪਰ ਸਾਰਾ ਕੁਝ ਪਾਸੇ ਰੱਖ ਕੇ ਮੋਤੀ RAM ਮੇਰਾ ਦੁੱਧ ਲੈ ਕੇ ਜਾਂਦਾ ਠੰਡੇ ਬੁਰਜ ਦੇ ਅੰਦਰ ਤੇ ਆਪਣੇ ਘਰ ਦੇ ਸਾਰੇ ਗਹਿਣੇ ਉਹਨਾਂ ਸਿਪਾਈਆਂ ਦੀ ਜੇਬ 'ਚ ਪਾਉਣੇ ਪੈਂਦੇ ਜਿਹੜੇ ਅੰਦਰ ਨਹੀਂ ਵੜਨ ਦਿੰਦੇ ਸੋਨਾ ਚਾਂਦੀ ਲੈੇ ਤੋਂ ਬਿਨਾ ਆਪਣੇ ਘਰ ਦੀ ਪੂਰੀ ਜਾਇਦਾਦ ਉਹਨੇ ਦਾਅ ਤੇ ਲਾਤੀ ਜਦੋਂ ਦੁੱਧ ਗਰਮ-ਗਰਮ ਸਾਹਮਣੇ ਕੀਤਾ ਕਹਿਣ ਲੱਗਾ ਮੈਂ ਕਿੰਨਾ ਭਾਗਾ ਵਾਲਾ ਆ ਅੱਜ ਮੈਂ ਉਸ ਮਾਂ ਨੂੰ ਵੇਖ ਰਿਹਾ ਜਿਨੇ ਵਾਲੀਏ ਕੁਲ ਆਲਮ ਪੈਦਾ ਕੀਤਾ ਮੈਂ ਉਹਨਾਂ ਬੱਚਿਆਂ ਨੂੰ ਵੇਖ ਰਿਹਾ ਜਿਨ੍ਹਾਂ ਆਉਣ ਵਾਲੀਆਂ ਆਉਣ ਵਾਲੇ ਸਮੇਂ ਦੇ ਅੰਦਰ ਕੌਮ ਦੀਆਂ ਨੀਹਾਂ ਪੱਕੀਆਂ ਕਰਨੀਆਂ ਦੁੱਧ ਪਿਉਂਦਾ ਹੋਇਆ ਮੋਤੀ ਰਾਮ ਮਹਿਰਾ ਠੰਡੇ ਬਰਜ ਵਿੱਚ ਤਾਂ ਹੀ ਰੋਗ ਤੇ ਆਂਦਾ ਦਾਤਿਆ ਹੇ ਮਾਂ ਗੁਜਰਕਾਰ ਹੇ ਮੇਰੇ ਬਾਬਿਓ ਜੇ ਗੰਗੂ ਦੀ ਥਾਂ ਤੇ ਮੈਂ ਹੁੰਦਾ ਨਾ ਮੈਂ ਅੱਖਾਂ ਦੇ ਵਗਦੇ ਨੀਰ ਨਾਲ ਤੁਹਾਡੇ ਚਰਨਾਂ ਨੂੰ ਧੋ ਦਿੰਦਾ ਪਰ ਉਸ ਪਾਪੀ ਨੂੰ ਸਮਝ ਨਹੀਂ ਸੀ ਨਾ ਉਹ ਸਮਝ ਹੀ ਨਹੀਂ ਸਕਿਆ ਮਾਂ ਗੁਜਰਕਾਰ ਨੂੰ ਉਹ ਸਮਝ ਹੀ ਨਹੀਂ ਸਕਿਆ ਛੋਟੇ ਸਾਹਿਬ ਜਦਿਆਂ ਨੂੰ ਜੇ ਉਹਦੀ ਥਾਂ ਤੇ ਮੈਂ ਹੁੰਦਾ ਆਪਣੀ ਜ਼ਿੰਦਗੀ ਦਾਅ ਤੇ ਲਾ ਦਿੰਦਾ ਮੂਰਖੋ ਮੈਨੂੰ ਤਾਂ ਦੁੱਧ ਪਿਉਣ ਦਾ ਹੀ ਮੌਕਾ ਮਿਲਿਆ ਮੈਂ ਉਹ ਕਸਰ ਨਾ ਛੱਡੀ ਥੋੜੇ ਤਾਂ ਸਹਬਜਾਦੇ ਘਰ ਰਹਿ ਗਏ ਤੁਸੀਂ ਬਾਝੀ ਕਿਵੇਂ ਰਹਿ ਕੇ ਕਿਰਪਾ ਤੋਂ ਥੋੜੇ ਤਾਂ ਘਰੇ ਰਹਿ ਗਈ ਮਾਤਾ ਗੁਜਰ ਕੌਰ ਉਹ ਗੰਗੂਆ ਤੇਰੇ ਤੇ ਘਰ ਰਹਿ ਗਈ ਤੂੰ ਤਾਂ ਵੀ ਮਾਤਾ ਗੁਜਰ ਕੌਰ ਨੂੰ ਨਾ ਸਮਝ ਸਕਿਆ ਮੇਰੇ ਤਾਂ ਇਲਾਕੇ 'ਚ ਹੀ ਆਏ ਆ ਮਾਤਾ ਗੁਜਰ ਕੌਰ ਦੇ ਚਰਨੀ ਸਿਰ ਝੁਕਾ ਕੇ ਦੁੱਧ ਪਿਆ ਕੇ ਆਪਣੀ ਪੂਰੀ ਘਰ ਦੀ ਦੌਲਤ ਦਾ ਤੇ ਲਾ ਕੇ ਜਦੋਂ ਘਰੇ ਆਇਆ ਨਾ ਹਕੂਮਤ ਨੇ ਆਉਂਦਾ ਹੀ ਘਰੋਂ ਚੱਕ ਲਿਆ ਕਹਿਣ ਲੱਗੇ ਓਏ ਮੋਤੀ RAM ਮਹਿਰਿਆ ਤੈਨੂੰ ਪਤਾ ਨਹੀਂ ਸੀ ਤੂੰ ਦੁੱਧ ਪਿਉਣ ਕਿਨੋਂ ਗਿਆ ਸੀ ਕਹਿੰਦਾ ਪਤਾ ਸੀ ਓ ਤੈਨੂੰ ਪਤਾ ਨਹੀਂ ਸੀ ਇਸ ਦੁੱਧ ਦੀ ਕੀਮਤ ਬਹੁਤ ਵੱਡੀ ਤਾਰਨੀ ਪਏਗੀ ਕਹਿੰਦਾ ਇਹ ਵੀ ਪਤਾ ਸੀ ਕਹਿੰਦਾ ਕੀ ਕੀਮਤ ਤਾਰਨੀ ਪਏਗੀ ਤੈਨੂੰ ਇਹ ਪਤਾ ਹੈ ਆਂਦਾ ਕੀ ਲਾਉਂਗੇ ਮੇਰੇ ਤੋਂ ਦੱਸੋ ਕਹਿੰਦੇ ਸਜ਼ਾ ਇਹ ਆ ਤੇਰਾ ਪੂਰਾ ਪਰਿਵਾਰ ਕੋਹਲੂ ਵਿੱਚ ਪਾ ਕੇ ਪੀੜ ਦਿੱਤਾ ਜਾਏਗਾ। ਕਹਿੰਦਾ ਮੈਂ ਰੱਬ ਦੀ ਰਜਾ ਨੂੰ ਪ੍ਰਵਾਨ ਕਰਦਾ ਹੋਇਆ ਕਲੰਗੀਆਂ ਵਾਲੇ ਨੂੰ ਸਜਦਾ ਕਰਕੇ ਐਡੀ ਵੱਡੀ ਸਜ਼ਾ ਨੂੰ ਵੀ ਆਸ ਕੇ ਪ੍ਰਵਾਨ ਕਰ ਲਵਾਂਗਾ। ਘਰ ਵਾਲੀ ਕੋਹਲੂ ਚ ਪੀੜ ਤੇਈ ਬੱਚੇ ਪੀੜ ਤੇ ਮੋਤੀ RAM ਮੇਰਾ ਕੋਹਲੂ ਵਿੱਚ ਪੀੜ ਦਿੱਤਾ ਗਿਆ। ਕਿੰਨੀ ਵੱਡੀ ਸ਼ਹਾਦਤ ਦਿੱਤੀ ਮੋਤੀ RAM ਮਹਿਰੇ ਨੇ। ਜਿਨੂੰ ਸਮਾਂ ਮਿਲਿਆ ਉਹਨੇ ਸਦਕ ਨਿਭਾਇਆ ਭਰੋਸਾ ਗੁਰੂ ਤੇ ਜੋ ਸੀ ਉਹ ਸੰਸਾਰ ਸਾਹਮਣੇ ਰੱਖਿਆ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਲੰਗਰ ਲਾਉਂਦੇ ਨਾ ਗੁਰਸਿੱਖ ਉਹ ਲੰਗਰ ਦੀ ਉਦੋਂ ਦੀ ਚੱਲੀ ਹੋਈ ਆ ਰੀਤ ਉਦੋਂ ਦੇ ਇਲਾਕੇ ਤੇ ਸਿੱਖ ਕਹਿਣ ਲੱਗੇ ਉਹ ਮੋਤੀ ਰਾਮ ਮਹਿਰਿਆ ਤੂੰ ਸਹਿਬਜ਼ਾਦਿਆਂ ਨੂੰ ਦੁੱਧ ਪਿਆ ਕੇ ਉਹਨਾਂ ਦੀ ਸ਼ਹਾਦਤ ਤੇ ਮੋਹਰ ਲਾ ਗਿਆ ਸੀ ਉਹਨਾਂ ਦੀ ਸੱਚ ਤੇ ਮੋਹਰ ਲਾ ਗਿਆ ਸੀ ਅਸੀਂ ਤੇਰੀ ਯਾਦ ਚ ਲੰਗਰ ਲਾ ਕੇ ਦੁਨੀਆ ਤੇ ਤੇਰਾ ਨਾਮ ਵੀ ਸਦੀਵੀ ਕਰਦੇ ਆਂਗੇ ਇਹੋ ਜੇ ਪੁੱਤ ਘਰ ਘਰ ਨਹੀਂ ਜੰਮਦੇ ਅਸੀਂ ਤੇਰੇ ਨਾਮ ਤੇ ਲੰਗਰ ਲਾਇਆ ਕਰਾਂਗੇ ਉਹ ਉਹ ਜਿਹੜਾ ਦੁੱਧ ਦਾ ਲੰਗਰ ਆ ਨਾ ਉਹ ਮੋਤੀ ਰਾਮ ਮਹਰੇ ਦੇ ਖੂਨ ਦੇ ਵਿੱਚੋਂ ਨਿਕਲਿਆ ਉਹ ਉਹ ਲੰਗਰ ਮੋਤੀ ਰਾਮ ਮਹਰੇ ਦੀ ਸ਼ਹਾਦਤ ਦੇ ਵਿੱਚੋਂ ਨਿਕਲਿਆ ਜਿਹੜਾ ਦੁੱਧ ਅਸੀਂ ਛਕਦੇ ਆਂ ਉਹ ਕਹਿੰਦੇ ਮੋਤੀ RAM ਮਹਿਰਾ ਤੂੰ ਕੱਲੀ ਸਹਬਜ਼ਾਦੇ ਨੂੰ ਦੁੱਧ ਛਕਾਇਆ ਅਸੀਂ ਫਤੇਗੜ ਸਾਹਿਬ ਦੀ ਧਰਤੀ ਤੇ ਜੇ ਕੋਈ ਰਾਹੀ ਵੀ ਲੰਘੂ ਅਸੀਂ ਉਹਨੂੰ ਦੁੱਧ ਛਕਣ ਤੋਂ ਬਿਨਾਂ ਅੱਗੇ ਨਹੀਂ ਜਾਣ ਦੇਣਾ ਤੇਰਾ ਬਹੁਤ ਵੱਡਾ ਪਰਉਪਕਾਰ ਹੈ ਸਿੱਖ ਕੌਮ ਤੇ ਤੂੰ ਬਹੁਤ ਵੱਡੀ ਕਹਾਣਾਂ ਕਾਲੀ ਆ ਨਹੀਂ ਬਣ ਜਾਣਾ ਕਿਸੇ ਨੇ ਟੋਡਰ ਮੱਲ ਨਹੀਂ ਬਣ ਜਾਣਾ ਕਿਸੇ ਨੇ ਮੋਤੀ RAM ਮਹਿਰਾ ਇਹ ਇਹ ਵਿਰਸਾ ਹੈ ਸਾਡਾ ਬਹੁਤ ਲੋਕੀ ਤਨਵਾਨ ਹੋਣਗੇ ਬڑے ਲੋਕ ਕੀ ਪੈਸੇ ਵਾਲੇ ਹੋਣਗੇ ਪਰ ਉਹਨਾਂ ਦਾ ਮੁਕਾਬਲਾ ਹਰ ਕੋਈ ਨਹੀਂ ਕਰ ਸਕਦਾ ਅਸੀਂ ਚਮਕੌਰ ਦੀ ਗੜੀ ਤੇ ਸਰਹੰਦ ਦੀਆਂ ਨੀਆਂ ਦੇ ਵਾਰ ਸਾ ਗੁਰੂ ਦੇ ਸਿੱਖੋ ਔਰ ਜਿਹੜਾ ਹਾਲਾਤ ਸਾਡੇ ਅੱਜ ਬਣ ਚੁੱਕੇ ਆ ਉਹਨਾਂ ਨੂੰ ਉਹਨਾਂ ਹਾਲਾਤਾਂ ਨੂੰ ਆਪਾਂ ਸ਼ਬਦਾਂ ਵਿੱਚ ਵੀ ਬਿਆਨ ਨਹੀਂ ਕਰ ਸਕਦੇ ਆਓ ਆਪੋ ਆਪਣੇ ਨਗਰਾਂ ਨੂੰ ਸੰਭਾਲੀਏ ਦਾਸ ਨੂੰ 4 ਕਸਾਲ ਹੋ ਗਏ ਆ ਦੁਬਈ 'ਚ ਪ੍ਰਚਾਰ ਕਰਦੇ ਆ ਪਿੱਛੇ ਮੈਂ ਬਹਿਰੀਨ ਗਿਆ ਸੀ ਪਿਛਲੇ ਮਹੀਨੇ ਪ੍ਰਚਾਰ ਲਈ ਤੁਹਾਡੇ ਨਗਰ ਦਾ ਸਿੰਘ ਸੀ ਉੱਥੇ ਕੋਈ ਪ੍ਰਚਾਰ ਸੁਣਿਆ ਉਹਨੂੰ ਚੰਗਾ ਲੱਗਿਆ ਤੇ ਵਾਰ-ਵਾਰ ਇਹ ਵੀ ਗੱਲ ਕੀਤੀ ਸੀ ਵੀ ਭੇਟਾ ਇਹੀ ਆ ਵੀ ਜੇ ਚਾਰ ਸਰੀਰ ਵੀ ਪਿੰਡ ਵਿੱਚ ਸੌਣ ਆਉਣਗੇ ਤੇ ਅਸੀਂ ਉੱਥੇ ਗੁਰੂ ਦੀ ਗੱਲ ਜਾ ਕੇ ਕਰਾਵਾਂਗੇ ਇਹੀ ਭੇਟਾ ਜੇ 10 ਸਰੀਰ ਵੀ ਆਉਣਗੇ ਤੇ ਅਸੀਂ ਗੁਰੂ ਦੀ ਗੱਲ ਜਾ ਕੇ ਕਰਾਂਗੇ ਨੌਜਵਾਨਾਂ ਨੇ ਪ੍ਰਾਲਾ ਕੀਤਾ ਕੱਲ ਦਾ ਆਖਰੀ ਦੀਵਾਨ ਰਹਿੰਦਾ ਹੈ ਕੋਸ਼ਿਸ਼ ਕਰੋ ਜਿਹੜੇ ਸਰੀਰ ਨਹੀਂ ਆਏ ਬਜ਼ੁਰਗ ਬੈਠੇ ਆਲੇ-ਦੁਆਲੇ ਸਾਡਾ ਕਹਿਣਾ ਫਰਜ਼ ਹੁੰਦਾ ਹੈ ਕਿਉਂਕਿ ਇਹੋ ਜੇ ਥਾਂ ਤੇ ਨਾ ਤਾਂ ਕਿਸੇ ਨੂੰ ਧੱਕੇ ਨਾਲ ਲਿਆਂਦਾ ਜਾ ਸਕਦਾ ਹੈ ਨਾ ਹੀ ਕਿਸੇ ਤੇ ਚੋਰੀ ਪਾਇਆ ਜਾ ਸਕਦਾ ਪਰ ਇੱਕ ਸੱਚੇ ਸਿੱਖ ਹੋਣ ਦੇ ਨਾਤੇ ਸਾਡਾ ਫਰਜ਼ ਤਾਂ ਹੈਗਾ ਨਾ ਵੀ ਆਓ ਭਾਈ ਗੁਰਦੁਆਰੇ ਚ ਕਿਸੇ ਕਮੇਟੀ ਦੀ ਕਿਸੇ ਪ੍ਰਧਾਨ ਦੀ ਕਿਸੇ ਜਥੇਬੰਦੀ ਦੀ ਕਿਸੇ ਰਾਜਨੀਤਿਕ ਬੰਦੇ ਦੀ ਗੱਲ ਨਹੀਂ ਹੋ ਰਹੀ ਉੱਥੇ ਗੱਲ ਸਿਰਫ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਹੈ ਆਓ ਆਪਾਂ ਚੱਲੀਏ ਲਾਹਾ ਲਈਏ ਆਓ ਆਪਾਂ ਜਾ ਕੇ ਬੈਠੀਏ ਤਾਂ ਕਿ ਸਾਡਾ ਵੀ ਜੀਵਨ ਸਫਲ ਹੋ ਜਾਏ ਸਤਿਗੁਰੂ ਰਹਿਮਤ ਕਰਨ ਸਾਨੂੰ ਸੋਝੀ ਬਖਸ਼ਣ ਸਮਰੱਥਾ ਬਖਸ਼ਣ ਅਸੀਂ ਆਪਣਾ ਜੀਵਨ ਗੁਰੂ ਦੇ ਲੇਖੇ ਲਾ ਕੇ ਇਸ ਸੰਸਾਰ ਤੋਂ ਜ਼ਿੰਦਗੀ ਦੀ ਬਾਜ਼ੀ ਜਿੱਤ ਕੇ ਜਾਈਏ ਗੁਰੂ ਅਰਧਨ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬੋਲ ਸਾਡੇ ਜੀਵਨ ਦਾ ਹਿੱਸਾ ਬਣ ਜਾਣ ਜਿਹੜੀਆਂ ਕਮਜ਼ੋਰੀਆਂ ਤੇ ਘਾਟਾਂ ਸਾਡੇ ਜੀਵਨ 'ਚ ਆ ਚੁੱਕੀਆਂ ਉਹ ਬਾਣੀ ਰਾਹੀਂ ਆਪਾਂ ਕੱਢਣ ਦਾ ਯਤਨ ਕਰੀਏ ਧੰਨਵਾਦ ਮੇਰੀਆਂ ਮਾਵਾਂ ਦਾ ਜਿਹੜੀਆਂ ਤਕੜਾਂ ਹੰਬੜਾ ਮਾਰ ਕੇ ਇੱਥੇ ਪਹੁੰਚੀਆਂ ਬਜ਼ੁਰਗਾਂ ਦਾ ਗ੍ਰੰਥੀ ਸਿੰਘ ਦਾ ਧੰਨਵਾਦ ਜਿਨ੍ਹਾਂ ਦੇ ਸਹਿਯੋਗ ਸਦਕਾ ਇਹਨਾਂ ਕੋ ਉਪਰਾਲਾ ਹੋਇਆ ਨੌਜਵਾਨ ਵੀਰਾਂ ਦਾ ਵੀ ਧੰਨਵਾਦ ਸ਼ੁਕਰਾਨਾ ਮੇਰੇ ਮਾਲਕ ਦਾ ਰਾਗੀ ਸਿੰਘ ਵੀਰ ਬੜਾ ਪਿਆਰਾ ਕੀਰਤਨ ਇਹਨਾਂ ਨੇ ਸੁਣਾ ਕੇ ਸਾਨੂੰ ਨਿਹਾਲ ਕੀਤਾ ਆ ਬੜੀ ਦੂਰੋਂ ਸੇਲ ਬਰਾਹ ਪਿੰਡ ਵੀਰ ਦਾ ਦੋ ਦਿਨ ਗੱਡੀ ਤੇ ਉੱਥੋਂ ਆਉਣਾ ਆ ਜਿਹੜਾ ਲਾਈਵ ਚੱਲ ਰਿਹਾ ਸਦੀਵੀ ਇਹ YouTube ਤੇ ਰਹੇਗਾ ਦੁਨੀਆ ਦੇਖ ਰਹੀ ਆ ਜਿੱਥੇ ਪੂਰੀ ਜਿਹੜੀ ਕਥਾ ਹੋਈ ਹੈ ਵੀਰਾਂ ਤੋਂ ਲੈ ਕੇ ਡਰੈਸ ਤੁਹਾਡਾ ਬੱਚਾ ਕਿਤੇ ਵੀ ਬੈਠਾ ਇਹ ਦੋ ਦਿਨ ਦੇ ਦੀਵਾਨ ਕੈਨੇਡਾ ਬੈਠਾ ਅਮਰੀਕਾ ਉੱਥੇ ਬੈਠਾ ਸੁਣ ਸਕਦਾ ਆ ਸੋ ਇਹ ਜਿਹੜੇ ਸਾਧਨ ਹੈ ਇਹਨਾਂ ਦੀ ਆਪਾਂ ਜਾਇਜ਼ ਵਰਤੋਂ ਵੀ ਕਰ ਸਕਦੇ ਆ ਠੀਕ ਹੈ ਨੌਜਵਾਨ ਬਹੁਤ ਗਲਤ ਵਰਤਦੇ ਆ ਪਰ ਇਹਨਾਂ ਸਾਧਨਾਂ ਦਾ ਲਾਹਾ ਬਹੁਤ ਹੈ ਤੁਸੀਂ ਨਾ ਦੱਸੋ ਪੇਜ ਦਾ ਫੇਸਬੁੱਕ ਦਾ ਤੇ ਆਹ ਜਿਹੜਾ ਸਾਰਾ ਦੁਆਣਾ ਤੁਹਾਡੇ ਘਰ ਚ ਬੈਠੇ ਹੋਏ ਮੈਂਬਰ ਵੀ ਅੱਜ ਦਾ ਸੁਣ ਸਕਦੇ ਸੀ ਦੁਨੀਆ ਭਰ ਚ ਲਾਈਵ ਜਾ ਰਿਹਾ ਪੂਰੇ ਵਰਲਡ ਵਿੱਚ ਜਿੱਥੇ ਵੀ ਕੋਈ ਬੈਠਾ ਇਹ ਕਥਾ ਲਾਈਵ ਸੁਣ ਸਕਦਾ ਆ ਸੋ ਇਹ ਪਰਾਲਾ ਇਹਨਾਂ ਵੀਰਾਂ ਨੇ ਕੀਤਾ ਹੈ ਨਾਲ ਨਾਲ ਕੀਰਤਨ ਕਰਦੇ ਐ ਬਹੁਤ ਚੜ੍ਹਦੀ ਕਲਾ ਵਾਲੇ ਸੰਗ ਹੈ ਨੌਜਵਾਨ ਇਸ ਪਾਸੇ ਆਏ ਆ ਕੌਮ ਇਹੋ ਜੇ ਨੌਜਵਾਨਾਂ ਦਾ ਸਹਿਯੋਗ ਦੇਵੇ ਪਿਆਰ ਦੇਵੇ ਤੇ ਨੌਜਵਾਨ ਵੀ ਇਸ ਫੀਲਡ ਵਿੱਚ ਵੱਧ ਤੋਂ ਵੱਧ ਆ ਕੇ ਕੁੱਦ ਕੇ ਤੇ ਕੌਮ ਦੀਆਂ ਸਵਾਵਾਂ ਜਿਹੜੀਆਂ ਵੱਧ ਚੜ ਕੇ ਨਿਭਾਉਣਗੇ ਅਸੀਂ ਕਈ ਵਾਰ ਗੁਰੂ ਘਰ ਦੇ ਵਜ਼ੀਰਾਂ ਤੇ ਕੀਰਤਨੀਆਂ ਨੂੰ ਉਹ ਸਤਿਕਾਰ ਨਹੀਂ ਦਿੰਦੇ ਜਿਹੜਾ ਉਹਨਾਂ ਦਾ ਬਣਦਾ ਆ ਗੰਦ ਗਾਉਣ ਵਾਲੇ ਗੰਦ ਬੋਲਣ ਵਾਲੇ ਆਲੇ ਦੁਆਲੇ ਉਹਨਾਂ ਨੂੰ ਕਿੰਨਾ ਸਨਮਾਨ ਤੇ ਕਿੰਨਾ ਪੈਸਾ ਦਿੱਤਾ ਜਾਂਦਾ ਜਿਨ੍ਹਾਂ ਨੇ ਵਟਾਂ ਤੇ ਬਹਿ ਕੇ ਗੰਦੇ ਗੀਤ ਲਿਖੇ ਨਾ ਦੂਜੇ ਮਹੀਨੇ ਉਹਨਾਂ ਕੋਠੀਆਂ ਬਣਾ ਲਈਆਂ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਥੋਡੀ ਔਲਾਦ ਸ਼ਰਾਬ ਪੀਵੇ ਥੋਡੀ ਧੀ ਸ਼ਰਾਬ ਵਰਗੀ ਐ ਉਹ ਕਰੋੜਾਪਤੀ ਬਣ ਗਏ ਤੇ ਗੁਰੂ ਘਰ ਦੇ ਰਾਗੀ ਗਰੰਤੀ ਸਿੰਘ ਪਿੰਡਾਂ ਚੋਂ ਸਬਜ਼ੀ ਮੰਗਦੇ ਫਿਰਦੇ ਵਿਚਾਰੇ ਵੇਖ ਲਓ ਜਪਜੀ ਦਾ ਪਾਠ ਸੁਣਾਉਣ ਵਾਲਾ ਵਿਚਾਰਾ ਮੰਗਦਾ ਬਣਿਆ ਪਿਆ ਤੇ ਸ਼ਰਾਬ ਦੇ ਗੀਤ ਗਾਉਣ ਵਾਲਾ ਦੱਸਿਓ ਜੀ ਉਹਦੇ ਕੋਲੇ 40-50 ਲੱਖ ਦੀ ਗੱਡੀ ਆ ਤੇ 70 ਲੱਖ ਉਹਦੀ ਕੋਠੀ ਤੇ ਲੱਗਾ ਘਰੇ ਆਉਣ ਤੋਂ ਪਹਿਲਾਂ ਉਹ ਕਹਿੰਦਾ ਖਾੜਾ ਲਾਉਣ ਤੋਂ ਕਹਿੰਦਾ ਲੱਖ ਅਕਾਊਂਟ 'ਚ ਭੇਜ ਦੋ 2 ਲੱਖ ਆ ਕੇ ਲਵ ਗੱਡੀ 'ਚ ਮੈਂ ਫੇਰ ਤੁਰਨਾ ਸੋਚ ਲਓ ਆਰਕੈਸਟਰਾ ਵਾਲੀਆਂ ਨਹੀਂ ਲੈਂਦੀਆਂ 40 40 ਹਜ਼ਾਰ ਰੁਪਏ ਕੀ ਸਕਦੇ ਆ ਸੀ ਉਹਨਾਂ ਤੋਂ ਜੀ ਮਿਲਦੀ ਸਿੱਖਿਆ ਕੋਈ ਕੀ ਸਿੱਖਿਆ ਧੀਆਂ ਗਮਰਾਹ ਹੋ ਗਈਆਂ ਸਾਡੀਆਂ ਜਵਾਨੀ ਸਾਡੀ ਉੱਜੜ ਗਈ ਗੰਦੇ ਗੀਤ ਸੁਣ ਕੇ ਗੰਦੇ ਨਾਟਕ ਵੇਖ ਕੇ ਗੰਦੀਆਂ ਫਿਲਮਾਂ ਦੇਖ ਕੇ ਕੂੜ ਵਰਤੌਣ ਵਾਲਿਆਂ ਨੂੰ ਕੂੜ ਵੰਡਣ ਵਾਲਿਆਂ ਨੂੰ ਲੱਖਾਂ ਪਤੀ ਬਣਾਤਾ ਆਪਾਂ ਤੇ ਭਾਈ ਵਿਚਾਰੇ 3-3000 ਰੁਪਏ ਦਿਓ ਵੀ ਮਨਤਾ ਕਰਨੀਆਂ ਪੈਂਦੀਆਂ ਸਾਡੀਆਂ ਇਹ ਕੌੜਾ ਸੱਚ ਹੈ ਠੀਕ ਹੈ ਕਈਆਂ ਬੰਦਿਆਂ ਨੂੰ ਐ ਲੱਗੂਗਾ ਵੀ ਇਹ ਕੀ ਹੈ ਪਰ ਇਹ ਸੱਚ ਤੁਸੀਂ ਮੇਰੇ ਤੋਂ ਲੁਕੋ ਲੋਗੇ ਮੈਂ ਤੁਹਾਡੇ ਤੋਂ ਪਰ ਜਿੱਦੀ ਗੋਚ ਚ ਬੈਠੇ ਨਾ ਇਹ ਤੋਂ ਲੁਕੋਇਆ ਨਹੀਂ ਕੁਝ ਜਾਣਾ ਕਰ ਤੋਂ ਬਰਾਈ ਮਾਨਕ ਤੇ ਸਿਪਾਈ ਸਾਖੀ ਭੂਤ ਪਵਾਨ ਬੰਦਾ ਬੰਦਿਆਂ ਤੋਂ ਬੁਰੇ ਕੰਮ ਚ ਪਾਲੂ ਪਰ ਗੁਰੂ ਤੋਂ ਤਾਂ ਨਹੀਂ ਛਪਾ ਸਕਦੇ ਆਪਾਂ ਇਹ ਮੌਜੂਦਾ ਦੌਰ ਦੀ ਸੱਚਾਈ ਹੈ ਸੋ ਇਸ ਕਰਕੇ ਆਪਾਂ ਰਾਗੀ ਸਿੰਘਾਂ ਨੂੰ ਇੰਨਾ ਪਿਆਰ ਸਤਿਕਾਰ ਦੇਈਏ ਤਾਂ ਕਿ ਵੱਧ ਚੜ ਕੇ ਸਾਡੇ ਬੱਚੇ ਇਸ ਫੀਲਡ ਵਿੱਚ ਆਉਣ ਤੇ ਕੌਮ ਦੀਆਂ ਸਵਾਵਾਂ ਵੱਧ ਚੜ ਕੇ ਨਿਭਾਉਣ ਸ਼ੁਕਰਾਨਾ ਮੇਰੇ ਮਾਲਕ ਦਾ ਹੋਈਆਂ ਭੁੱਲਾਂ ਦੀ ਖਿਮਾ ਵਿਚਾਰ ਕਰਦੇ ਆ ਬੇਅੰਤ ਭੁੱਲਾ ਹੋ ਜਾਂਦੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੰਤ ਵਿੱਚ ਬੜੇ ਪਿਆਰ ਨਾਲ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ